ਕਮਲ ਸਾਹਿਬ ਨੰਗੇ ਚਿੱਟੇ ਰੂਪ ਚ ਹਮ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਹੱਕ ਚ ਆਏ ਨੇ ਹਮ ਜਾਂ ਇੱਕ ਹਿੰਦੂ ਬੰਦਾ ਹੋਰ ਸੀ ਜਿਹਦਾ ਜ਼ਿਕਰ ਬਹੁਤ ਘੱਟ ਹੋਣਾ ਤੇ ਦਸ ਦੇ ਵਿੱਚ ਉਹਨੂੰ ਭਲਾਇਆ ਜਾ ਰਿਹਾ ਉਹ ਅਸੀਂ ਪਟਿਆਲੇ ਤੋਂ ਐਮਸੀ ਭਾਰ ਦਵਾਦੇ ਜੀ ਮੇਹਤਨ ਭਾਰ ਦਵਾਦੇ ਜਿਹੜਾ ਪਹਿਲਾ ਬੰਦਾ ਹੈਗਾ ਕਾਮਬਟਾ ਵਿੱਚ ਜੋ ਕਹ ਲੋ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਹੱਕ ਚ ਆਇਆ ਹਿੰਦੂਆਂ ਵੱਲੋਂ ਤੇ ਤਦੋਂ ਪੰਜਾਬੀ ਲੇਖਕਾਂ ਵੱਲੋਂ ਸੁਵੰਸਿਕ ਕਮਲ ਸਿੰਘ ਉਹ ਪੰਜਾਬ ਬਾਰੇ ਹੁਣ ਬੜੇ ਫਿਕਰਮੰਦ ਸੀ ਇੰਨੇ ਫਿਕਰਮੰਦ ਪੰਜਾਬੀ ਦਾ ਕੋਈ ਹੋਰ ਲੇਖਕ ਹੈ ਨਹੀਂ ਜੀ ਜਿੰਨੇ ਸੈਂਸਿਟਿਵ ਹੈ ਪੰਜਾਬ ਬਾਰੇ ਸੀ ਬਾਰ-ਬਾਰ ਤੁਸੀਂ ਮਿਲਣ ਜਾਉਂਦੇ ਕਹਿੰਦੇ ਸੀ ਪੰਜਾਬ ਦਾ ਕੀ ਬਣੂ ਖੂਨ ਦੇ ਹੰਝੂ ਰੋਂਦੇ ਸੀ ਬਾਰ-ਬਾਰ ਆਪਾਂ ਤੁਸੀਂ ਗੱਲਾਂ ਕਰਦੇ ਸੀ ਉਹਨੂੰ ਪੰਜਾਬ ਦਾ ਪਵਿੱਖ ਕਾਲਾ ਨਜ਼ਰ ਆਉਣਾ ਸੀ ਜਿਹੜੀ ਕੱਲ੍ਹ ਨੂੰ ਪਈਆਂ ਬਾਰੇ ਪਹਿਲਾਂ ਕਹੀ ਸੀ 30 40 ਸਾਲ ਪਹਿਲਾਂ ਕਾਸੀ ਪਈ ਆ ਰਹੇ ਨੇ ਪੰਜਾਬ 'ਚ ਅੱਜ ਪਈਆਂ ਦਾ ਮੁਕੰਮਲ ਕਬਜ਼ਾ ਕਮਲ ਸਾਹਿਬ ਸੋਚਦੇ ਆ ਜੀ ਕਮਲ ਸਾਹਿਬ ਨੇ ਮੇਰੇ ਜਿਹਾ ਕੋਈ ਲੇਖ ਉਹ ਵੀ ਲਿਖਿਆ ਇਦੋਂ ਵੀ ਆਪਣੀ ਆਟੋਗ੍ਰਾਫੀ ਪੁਨਰ ਚਾਣਨਾ ਕੁਝ ਬਕਾਇਦਾ ਲਿਖਿਆ ਹੈ ਸਾਰਾ ਵੀ ਮੈਂ ਲਾਲੇ ਨੂੰ ਨਫ਼ਰਤ ਕਰਦਾ ਹਾਂ ਪੂਰਾ ਚੈਪਟਰ ਆ ਜੀ ਉਹ ਸਾਰਾ ਕੁਝ ਲਿਖਿਆ ਮੈਨੂੰ ਕਿਹੜੀ ਮਜਬੂਰੀ 'ਚ ਲਾਲੇ ਨੂੰ ਮੂਰੇ ਲਾਉਣਾ ਪਿਆ ਮੰਨ ਲਓ ਜੇ ਕਮਲ ਸਾਹਿਬ ਰੋਲ ਕਰ ਜਾਂਦੇ ਉੱਥੇ ਪਿੰਡ ਦਾ ਵੀ ਮੈਂ ਨਹੀਂ ਕਰਨਾ ਤਾਂ ਮੈਂ ਪਿੰਡ ਵਾਲਿਆਂ ਨੇ ਲਾਲੇ ਨੂੰ ਮੂਰੇ ਲਾ ਲੈਣਾ ਸੀ ਲਾਲੇ ਨੂੰ ਰੋਕਿਆ ਨਹੀਂ ਜਾਦਾ ਤੇ ਉਹ ਸਭ ਤੋਂ ਪਹਿਲੀ ਜੁਰਤ ਸੀ ਪੰਜਾਬੀ ਦੇ ਲੇਖਕ ਵੱਲੋਂ ਮੈਂ ਦੇਖਿਆ ਵੀ ਕਿਸੇ ਪ੍ਰਧਾਨ ਮੰਤਰੀ ਨੂੰ ਲਲਕਾਰਨਾ ਅੱਖਾਂ ਤੱਕਾਂ ਪਾ ਕੇ ਉਹ ਕਾਤਲ ਕਹਿਣਾ ਇਹ ਬਹੁਤ ਵੱਡੀ ਗੱਲ ਸੀ ਇਹ ਅੱਗ ਸਾਲ ਮਾਰਨ ਵਾਲੀ ਗੱਲ ਸੀ ਕਮਲ ਸਾਹਾ ਦਾ ਝੂਠਾ ਪੁਲਿਸ ਮੁਕਾਬਲਾ ਹੀ ਬਣਾਇਆ ਜਾਦਾ ਸੀ ਇਹਨੂੰ ਫੜ ਕੇ ਪਰ ਇਹਦੀ ਇੰਟਰਨੈਸ਼ਨਲ ਪੱਧਰ ਤੇ ਮਾਂ ਤਾਂ ਇੰਨੀ ਵੱਡੀ ਸੀ ਵੀ ਸਟੇਟ ਚਾਹੁੰਦਾ ਹੋਇਆ ਵੀ ਜੀ ਇਹਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਉਹ ਇੱਕ ਡਰਾਮ ਵਾਲੇ ਦਾ ਧੋੜ ਢਾੜੀ ਆ ਪੁੱਤ ਉਸ ਵਾਰ ਸੀ ਕਮਲ ਦੇ ਕਾਲੇ ਕਾਰਨਾਮੇ ਆਪਾਂ ਉਹਦੀ ਗੱਲ ਕੀਤੀ ਹੈ ਜੀ ਹਾਂ ਪਰ ਕਮਲ ਨੇ ਕੋਈ ਪ੍ਰਵਾਨੀ ਨਹੀਂ ਕੀਤੀ ਜੀ ਇਹਦਾ ਮਤਲਬ ਇਹਨੇ ਰੈਡ ਟਾਇਰ ਜਿਹੜਾ ਲਾਲ ਟੈਰਰਿਸਟ ਜਿਹੜਾ ਲਾਲ ਖਤਰਾ ਸੀਗਾ ਲਾਲ ਤੰਕਵਾਦ ਆ ਲਾਲ ਤੰਕਬੰਦੀ ਪ੍ਰਵਾਨੀ ਨਹੀਂ ਕੀਤੀ ਤੇ ਗੁਰਸਰਮ ਸਿੰਘ ਮੈਨੂੰ ਲੱਗਦਾ ਮਨਚਕਤ ਵਰਤੋਂ ਰੈਡ ਟੈਰਰ ਦੇ ਪ੍ਰਭਾਵ तले ਆ ਗਈ। ਲਹਿਰ ਕਮਸ਼ਲ ਲਹਿਰ ਚੱਲੀ। ਹੂੰ ਇਹਨਾਂ ਦੇ ਨਾਮ ਲਿਖਿਆ ਰਾਤ ਬਾਕੀ ਹੈ। 50 ਵੀ ਲਾਈ। ਮੱਝੀਆਂ ਚਾਰੀਆਂ ਬੇਲੇ ਗਈ ਨਹੀਂ ਜਾਣੀਆਂ ਰਹੀਆਂ ਜੱਤਰੀ ਹੋਣੀ ਬਾਕੀ ਹੈ। ਪ੍ਰਕਲਾਬ ਆਊਗਾ। ਪ੍ਰਕਲਾਬ ਆ ਨਹੀਂ ਦੋ ਕੋਟ ਟਪਾਟੀਆਂ ਬਣ ਗਈ। ਦੋ ਦੇ ਵਿੱਚੋਂ ਖੀਰ ਤੇ ਜਾ ਕੇ ਤੀਜੀ ਬਣ ਗਈ। ਅਕਸਲਵਾੜੀ ਲਹਿਰ ਚੱਲੀ। ਜੀ ਉਹਦੇ ਵਿੱਚੋਂ 12 ਗਰੁੱਪ ਬਣ ਗਏ। ਹੁਣ ਕਮਲ ਸਾਹਿਬ ਕਿੱਥੇ ਸਟੈਂਡ ਕਰਦੇ? ਕਿੱਥੇ ਕਮਲ ਸਾਹਿਬ ਪਹੁੰਚ ਗਿਆ ਸੀ। ਇਹਨਾਂ ਨੇ ਇਹ ਦੇਖ ਲਿਆ ਸੀ ਪੰਜਾਬ ਜਿਹੜਾ ਹੈਗਾ ਫਤਿਹਪੁਰ ਕਿਸ਼ਨ ਸਿੰਘ ਨੇ ਕਿਹਾ 8850 ਮਾਚੀ ਪੰਜਾਬ ਕੇਂਦਰ ਸਰਕਾਰ ਦੀ ਬਸਤੀ ਆ ਇਹਨੂੰ ਦੇਖਿਆ ਜੀ ਤਾਂ ਭਾਰਤ ਆ ਭਾਰਤ ਬਹੁਤ ਕੌਮੀ ਬਹੁਤ ਪਾਸ਼ੀ ਦੇਸ਼ ਆ ਤੇ ਜਿਹੜਾ ਸਿੱਖ ਹੈ ਤੇ ਕੱਟਕਿਰਤੀ ਚਾ ਪੰਜਾਬ ਦੇ ਵਿੱਚ ਜੀ ਪੰਜਾਬ ਨਾਲ ਕੇਂਦਰ ਉਹ ਕੌਨਫਰੈਂਸ ਜਮਾਤੀ ਲੜਾਈ ਸੀ ਉਹ ਤਾਂ ਜੰਡੇ ਦੀ ਨਹੀਂ ਸੀ ਨਾ ਹੋਣਾ ਵੀ ਜਾਤ ਪਾਤ ਦਾ ਮਸਲਾ ਤੇ ਕੌਮੀਅਤ ਦਾ ਮਸਲਾ ਨਾ ਉਹਨੂੰ ਤਾਂ ਦੇ ਪਹਿਲਾਂ ਤੋਂ ਪਤਾ ਸੀ ਨਾ ਉਹਨੂੰ ਅੱਜ ਉਹਦੇ ਬਾਰੇ ਇਹਨਾਂ ਦਾ ਕੁੱਕੜ ਵੀ ਨਹੀਂ ਪਤਾ ਜੀਵਨ ਪਰ ਸੂਲ ਹਮਜਾ ਤੋਂ ਉਹਦੀ ਗੱਲ ਕਰਦੇ ਆ ਉਵੇਂ ਜਿਵੇਂ ਪਾ ਉਹਨਾਂ ਵਿੱਚ ਉਹਦੇ ਵਿੱਚ ਪਿੰਡੂ ਸਰਪਾ ਚਰਨਲ ਚਿੱਤਰਿਆ ਜਿਹਨਾਂ ਦਾ ਖਦਾ ਲਪਪ ਸੀ ਚਿੰਦਾ ਮੇਲੇ ਮਸਾਬੇ ਚਿੱਤਰੇ ਹੋਰ ਤੇ ਹੋਰ ਚਿੱਤਰੇ ਮੁੰਡੇ ਕੁੜਿਆਂ ਦੇ ਇਸ਼ਕ ਨੂੰ ਚਿੱਤਰਿਆ ਜਿਹੜਾ ਦੇ ਨਾਵਲ ਦੇ ਕਾਰਨ ਸੀ ਉਹ ਲੋਕ ਗੀਤਾਂ ਨਾਲ ਸ਼ੁਰੂ ਹੁੰਦੇ ਸੀ ਖਾਸ ਕਰਕੇ ਸਖ ਕਿਸਾਨੀ ਤੇ ਕਮਟਨ ਲਹਿਰ ਦਾ ਬਹੁਤ ਵਿਚਾਰਤਰ ਦਾ ਅਸਰ ਪਿਆ ਜੀ ਉਹਦੇ ਅਸਰ ਪੈਣ ਦੇ ਕਾਰਨ ਇਹ ਸੀ ਵੀ ਮੁੱਢਲੇ ਤੌਰ ਤੇ ਉਹ ਗਦਰੀ ਬਾਬੇ ਨੂੰ ਵੀ ਆਮ ਸਿੱਖਾਂ ਨੂੰ ਵੀ ਲੱਗਦਾ ਸੀਗਾ ਵੀ ਸਿੱਖੀ ਤੇ ਇਹਦੀ ਕਵਰਸ ਤਾਂ ਆ ਤਾਂ ਸਾਂਹੀ ਵਾਰ ਤਾਂ ਕੋਈ ਫਰਕ ਨਹੀਂ ਉਹ ਜਿਹੜਾ ਨਾਵਲ ਸੀ ਰਾਤ ਬਾਕੀ ਹੈ ਜੀ ਉਹ ਤਾਂ ਚਰਨ ਅਦਰਸ਼ਵਾਦੀ ਪਾਤਰ ਸੀ ਤੇ ਪੰਜਾਬ ਦੀ ਸਿੱਖ ਕਿਸਾਨੀ ਦੇ ਵਿੱਚੋਂ ਪੰਜਾਬੀ ਲੋਕਾਂ ਨੇ ਮੁੰਡਿਆਂ ਨੇ ਆਪਣੇ ਆਪ ਨੂੰ ਚਰਨ ਕਲ ਪਿਆ ਵੀ ਮੈਂ ਹੀ ਚਰਨ ਨਾ ਵੀ ਮੈਨੂੰ ਨਰਸਵਾਦ ਸਮਾਜ ਲਈ ਕੰਮ ਕਰਨਾ ਚਾਹੀਦਾ ਜੀ ਉਹ ਤਾਂ ਹੀ ਕਹਿੰਦੇ ਨੇ ਵੀ ਉਹਨੇ ਕਵਰਸਟ ਪਾਠ ਨਹੀਂ ਪੈਦਾ ਕੀਤੇ ਹੁਣ ਜਿਹਨੇ ਰਾਤ ਬਾਕੀ ਨੇ ਪੈਦਾ ਕੀਤੇ ਤੇ ਦੂਸਰੀ ਕਲੋਂ ਨਾਵਲ ਐਨਾ ਖਤਰਨਾਕ ਹੈ ਵੀ ਜਿਹੜਾ ਪਾਠਕ ਪੜ੍ਹਦਾ ਉਹਨੂੰ ਵੀ ਡਰ ਲੱਗਣ ਲੱਗ ਜਾਂਦਾ ਉਹ ਤਸ਼ੱਦਦ ਇੰਨਾ ਦੇ ਇੱਕ ਰੂਹ ਕੰਬ ਉੱਠਦੀ ਆ ਕੋਈ ਯਾਰ ਜੇ ਕਿਤੇ ਇਹ ਮੈਂ ਹੋਵਾਂ ਤੇ ਮੈਂ ਨਹੀਂ ਦੇ ਸਕਦਾ ਚੱਲ ਚੱਲ ਤੇ ਫਿਰ ਤੀਜੀ ਪਾਰਟੀ ਨਕਸਲਬੜੀ ਲਹਿਰ ਚੱਲਦੀ ਆ ਉਹ ਨਕਸਲਬੜ ਦੇ ਮੁੰਡੇ ਜਿਹੜੇ ਉੱਠ ਕੇ ਇਥੇ ਘਾਰਵੰਦ ਬਗਾਵਤ ਕਰਦੇ ਨੇ ਤੇ ਬਾਦਲ ਦੀ ਉਹ ਸਰਕਾਰ ਹੁੰਦੀ ਆ ਸ਼ੁਰੂ ਦੇ ਵਿੱਚ ਇਹ ਫੜ ਕੇ ਨੂੰ 80 ਝੂਠੇ ਪਰਸ ਮੁਕਾਬਲੇ ਬਣਾਏ ਜਾਂਦੇ ਆ ਨੌਜਾਨੇ ਸਮੇਤ ਬਾਬਾ ਬੂਚਾ ਸਿੰਘ ਦਾ 30 ਸਾਲ ਦੀ ਉਮਰ ਦਾ ਸੀਗਾ 80 85 ਮੁੰਡੇ ਇਥੇ ਮਾਰੇ ਜਾਂਦੇ ਨੇ ਤੋਂ ਦੇ ਪਰਿਵਾਰਾਂ ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਉਹਦੇ ਘਰ ਤਾਕਤ ਤੇ ਜਾਂਦੇ ਨੇ ਸਸਾ ਤਮਾਕੂ ਪੀਂਦੇ ਆ ਪਿੰਡਾਂ ਦੇ ਪਿੰਡ ਫੜ ਕੇ ਕੁੱਟੇ ਜਾਂਦੇ ਨੇ ਜੋ ਬਾਅਦ ਚ ਫਿਰ ਬਾਅਦ ਚ ਉਹੀ ਅ ਤਸ਼ੱਦਦ ਖੜਕੂ ਲੈਰਦੇ ਦਿੰਦੇ ਵੀ ਜੋ ਪਰਸਨ ਸੱਦਰ ਕੀਤਾ ਸਟੇਟ ਨੇ ਸੱਦਰ ਕੀਤਾ ਤਾਂ ਅੰਦਰੋਂ ਲਾਟ ਨਿਕਲਦੀ ਸੀ ਜਿਹੜੇ ਮੁੰਡਿਆਂ ਨੂੰ ਜਹਿਜ ਹੋਈ ਆ ਕਾਸ ਮੇਰੇ ਹੱਥ ਪਿਸਤੌਲ ਹੋਵੇ ਗੋਲੀ ਹੋਵੇ ਤੇ ਮੈਂ ਇਹਦਾ ਬਦਲਾ ਲਵਾਂ ਤੇ ਮੈਨੂੰ ਲੱਗਦਾ ਵੀ ਉਹ ਤਾਂ ਮਨੋਵਿਗਿਆਨਕ ਨਾਵਲ ਦਾ ਲਹੂ ਦੀ ਲੋਦਾ ਠੀਕਰ ਜਿਹਾ ਪ੍ਰਤੀਕਰਮ ਖੜਕੂ ਲੈਰ ਮੌਕੇ ਹੋਇਆ ਜੀ ਜਦੋਂ ਹਜ਼ਾਰਾਂ ਸਿੱਖ ਨੌਜਨ ਹੈ ਕਿ 47 ਫੜ ਕੇ ਤੁਰਤੇ ਉਹਦੇ ਬੈਕਗ੍ਰਾਉਂਡ ਚ ਕਿਤੇ ਨਾ ਕਿਤੇ ਮਨੋਗਿਰਕ ਪੱਧਰ ਤੇ ਲਹੂ ਦੀ ਲੋ ਕੰਮ ਕਰਦਾ ਸੀ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰਤਾਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਖਰ ਸੰਵਾਦ ਸਿਖਰ ਸੰਵਾਦ ਦੀ ਇਸ ਵਿਸ਼ੇਸ਼ ਕੜੀ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਸਵੰਤ ਸਿੰਘ ਕਮਲਦੀ ਜਸਵੰਤ ਸਿੰਘ ਕਮਲ ਉਹ ਸ਼ਖਸੀਅਤ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਖਿਤਾਬ ਦਿੱਤਾ ਪੰਜਾਬ ਦੇ ਵਿੱਚ ਕਈ ਲੇਖਕ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਦਰਬਾਰਾਂ ਦੇ ਵਿੱਚੋਂ ਖਿਤਾਬ ਮਿਲਦੇ ਰਹੇ ਨੇ ਪਰ ਜਦੋਂ ਲੋਕਾਂ ਤੋਂ ਖਿਤਾਬ ਮਿਲਦਾ ਤਾਂ ਉਹਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ ਇਹੀ ਜਸਵੰਤ ਸਿੰਘ ਕਮਲਨਾਲ ਹੋਇਆ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਖਿਤਾਬ ਦਿੱਤਾ ਬਾਈ ਦਾ ਤੇ ਉਹ ਪੰਜਾਬ ਦੇ ਵਿੱਚ ਬਾਈ ਜਸਵੰਤ ਸਿੰਘ ਕਮਲ ਦੇ ਨਾਮ ਤੋਂ ਜਾਣਨ ਲੱਗਿਆ ਇਸ ਉੱਤੇ ਗੱਲਬਾਤ ਅੱਜ ਅਸੀਂ ਕਰਾਂਗੇ ਰਾਜਵਿੰਦਰ ਸਿੰਘ ਰਾਹੀ ਜੀ ਨਾਲ ਜਿਨ੍ਹਾਂ ਨੇ ਜਸਵੰਤ ਸਿੰਘ ਕਮਲ ਦੇ ਉੱਤੇ ਕਿਤਾਬ ਲਿਖੀ ਹੈ ਜੋ ਕਿ ਪੰਜਾਬ ਦੀ ਪੱਗ ਜਸਵੰਤ ਸਿੰਘ ਕਮਲ ਦੇ ਨਾਂ ਤੋਂ ਛਪੀ ਇਹ 2010 ਦੇ ਵਿੱਚ ਕਿਤਾਬ ਆਈ ਸੀ ਤੇ ਰਾਹੀ ਸਾਹਿਬ ਨਾਲ ਗੱਲ ਅਸੀਂ ਅੱਜ ਜਸਵੰਤ ਸਿੰਘ ਕਮਲ ਦੀ ਜੀਵਨੀ ਤੇ ਉਹਨਾਂ ਦੀ ਲਿਖਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਗੱਲਬਾਤ ਕਰਾਂਗੇ ਆਓ ਸਾਂਝ ਪਾਣਿਆ ਰਾਜਵਿੰਦਰ ਸਿੰਘ ਰਾਹੀ ਜੀ ਨਾਲ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਜੀ ਸਮੂਹ ਦਰਸ਼ਕਾਂ ਨੂੰ ਸਮੂਹ ਸੁਰਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਫਤਿਹ ਪ੍ਰਵਾਨ ਕਰਨੀ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ ਭਾਜੀ ਜੀ ਅਸੀਂ ਗੱਲ ਮੈਂ ਇੱਥੋਂ ਸ਼ੁਰੂ ਕਰਾਂ ਜੀਵਨ ਤੋਂ ਇੱਕ ਸਵਾਲ ਮੈਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਨਾ ਵੀ ਅਖੀਰਲੀ ਮੁਲਾਕਾਤ ਤੁਹਾਡੀ ਜਸਵੰਤ ਸਿੰਘ ਕਮਲਨਾਲ ਕਦੋਂ ਹੋਈ ਆ ਦੇਖੋ ਜਿਹੜੀ ਜਿੱਥੋਂ ਤੱਕ ਗੱਲ ਅਖੀਰਲੀ ਮੁਲਾਕਾਤ ਦੀ ਆ ਜੀ ਮਿਲਦੇ ਤਾਂ 2 ਸਾਲ ਪਹਿਲਾਂ ਵੀ ਰਹੇ ਆ ਪਰ ਹੁਣ 2 ਸਾਲ ਤੋਂ ਉਹ ਜਦੋਂ ਉਹਦੀ ਮਤਲਬ 98 ਜਨਮ ਦਿਨ ਤੋਂ ਬਾਅਦ ਲਗਭਗ ਉਹਦੀ ਮੈਮਰੀ ਖਤਮ ਸੀ ਜੀ ਉਹ ਪਛਾਣਦੇ ਨਹੀਂ ਸੀ ਜਾ ਕੇ ਦੱਸੋ ਮੈਂ ਫਲਾਣਾ ਚਾਚਾ ਤੂੰ ਕਰੋ ਆਇਆ ਕਿਸ ਤਰ੍ਹਾਂ ਆਇਆ ਗੱਲਾਂ ਹੋਰ ਪਾਸੇ ਲੈ ਜਾਂਦੇ ਸੀ ਹੁਣ ਤਾਂ ਪਰ ਉਹਨਾਂ ਨੂੰ ਕੋਈ ਮਿਲਣ ਦਾ ਫਾਇਦਾ ਨਹੀਂ ਸੀ ਜੀ ਉਸ ਤੋਂ ਪਹਿਲਾਂ ਤਿੰਨ ਕਸਾਲ ਪਹਿਲਾਂ ਗੱਲ ਦਾ ਚਾਰ ਕਸਾਲ ਪਹਿਲਾਂ ਦੀ ਗੱਲ ਆ ਵੀ ਉਹਨਾਂ ਦਾ ਬੰਨ ਇੱਕ ਦੋ ਤਿੰਨ ਦਿਨ ਫੋਨ ਆਉਂਦਾ ਰਿਹਾ ਫਿਰ ਉਹਨਾਂ ਦੇ ਬੇਟੇ ਨੇ ਮੈਨੂੰ ਫੋਨ ਕੀਤਾ ਇਹ ਚਾਰ ਸਾਲ ਪਹਿਲਾਂ ਦੀ ਗੱਲ ਆ ਇੱਥੇ ਕੈਨੇਡਾ ਤੋਂ ਉਸਵਾਲ ਗੱਲ ਆਏ ਸੋ ਤੁਸੀਂ ਕ੍ਰੈਡਿਟ ਪੰਜਾਬ ਟਾਈਮ ਦੇ ਰਿਟਰਨ ਨੇ ਮੇਰੇ ਮਿੱਤਰ ਨੇ ਤੇ ਉਹਦਾ ਬੇਟਾ ਸਰਵਿਸ ਨੇ ਕਹ ਕੇ ਬਾਪੂ ਜੀ ਤੁਹਾਨੂੰ ਬਹੁਤ ਜਲ ਕਰਦੇ ਨੇ ਕੋਈ ਖਾਸ ਕੰਮ ਆ ਤੁਸੀਂ ਜਲਦੀ ਆਓ ਜਦੋਂ ਅਸੀਂ ਤਿੰਨ ਦੋਸਤ ਮੈਂ ਕਰਮਜੀਤ ਸਿੰਘ ਬੁੱਟਰ ਮੇਰੇ ਗੁਆਰਡਪਿੰਡ ਤੋਂ ਅਸੀਂ ਗਏ ਤਾਂ ਬਾਪੂ ਜੀ ਨੇ ਮਤਲਬ ਸਰਵਿਸ ਨੂੰ ਕਿਹਾ ਬਲਾ ਕੇ ਲੈ ਆ ਵੀ ਅੰਦਰ ਗਏ ਦੋਨੇ ਪਿਓ ਪੁੱਤ ਅੰਦਰੋਂ ਇੱਕ ਲੋਈ ਲੈ ਕੇ ਆਏ 1100 ਰੁਪਿਆ ਤੇ ਮੇਰੇ ਮੋਢੇ ਤੇ ਮੈਨੂੰ ਕਹਦੇ ਖੜਾ ਹੋ ਇੱਥੇ ਵਿਚਾਲੇ ਖੜ ਜਾ ਮੈਂ ਵੀ ਹੈਰਾਨ ਵੀ ਪਤਾ ਨਹੀਂ ਕੀ ਗੱਲ ਕੀ ਕਰਨ ਜਾ ਰਹੇ ਨੇ ਮੇਰੇ ਮੋਢੇ ਤੇ ਲੋਈ ਪਾ ਕੇ ਮੈਨੂੰ 1100 ਹੱਥ ਫੜਾ ਕੇ ਕਹਿੰਦੇ ਅੱਜ ਤੋਂ ਤੂੰ ਮੇਰਾ ਵਾਰਿਸ ਆ ਜੀ ਮੈਂ ਤੈਨੂੰ ਬਹੁਤ ਪੈਸੇ ਦੇਣ ਤੇ ਪਰ ਹੁਣ ਮੇਰੇ ਕੋਲ ਹੈ ਨਹੀਂ ਤੂੰ ਮੇਰਾ ਵਾਰਿਸ ਆ ਵੀ ਤੈਨੂੰ ਖਰੀਦਣ ਵਾਲੇ ਵੀ ਬਹੁਤ ਆਉਣਗੇ ਤੈਨੂੰ ਥੜਕਾਉਣ ਵਾਲੇ ਵੀ ਬਹੁਤ ਆਉਣਗੇ ਪਰ ਜਿੱਥੇ ਤੱਕ ਹੁਣ ਤੂੰ ਆਪਣੇ ਜੀਵਨ ਸਫਰ ਕਰ ਲਿਆ ਵੀ ਨਾ ਤੂੰ ਡੋਲੀ ਨਾ ਹੁਣ ਥੜਕੀ ਇਹ ਮੇਰਾ ਤੈਨੂੰ ਅਸੀਰਵਾਦ ਰਹੂਗਾ ਇਹ ਮੇਰੀ ਉਹਨਾਂ ਕੋ ਕਹਿ ਸਕਦਾ ਹੈ ਵੀ ਜਦੋਂ ਦੀ ਸੂਰਤ ਤਾਜੀ ਸੀ ਬਿਲਕੁਲ ਪਛਾਣਦੇ ਸੀ ਉਹਨਾਂ ਨੇ ਆਖਰੀ ਮੁਲਾਕਾਤ ਆ ਜੀ ਮਰਦੇ ਉਹਨਾਂ 2 ਸਾਲ ਪਹਿਲਾਂ ਤੱਕ ਵੀ ਰਹੇ ਆ ਫਿਰ ਉਹਨਾਂ ਦਾ ਕੋਈ ਮਿਲਣ ਦਾ ਕੋਈ ਇਸ ਤਰ੍ਹਾਂ ਨਹੀਂ ਸੀ ਹੁੰਦਾ ਜੀ ਤੇ ਜੇ ਉਹਨਾਂ ਦੇ ਸਾਹਿਦ ਦੀ ਗੱਲ ਕਰੀਏ ਹਾਂਜੀ ਤਾਂ ਉਹਨਾਂ ਨੇ ਗੱਦਰੀ ਬਾਬਿਆਂ ਦੀ ਛਾਂ ਹੇਠ ਆਪਣਾ ਬਚਪਨ ਜਿਹੜਾ ਉਹ ਸ਼ੁਰੂ ਕੀਤਾ ਹਾਂਜੀ ਤੇ 47 ਉਹਨਾਂ ਨੇ ਦੇਖਿਆ ਫਿਰ ਨਕਸਲਵਾੜੀ ਲਹਿਰ ਦੇਖੀ ਬਿਲਕੁਲ ਫਿਰ ਉਹਨਾਂ ਨੇ ਧਰਮ ਯੁੱਧ ਮੋਰਚਾ ਦੇਖਿਆ ਖੜਕੂ ਲਹਿਰ ਦੇਖੀ ਪੁਲਿਸ ਦਾ ਤਸ਼ੱਦਦ ਪੰਜਾਬ ਤੇ ਹੁੰਦਾ ਦੇਖਿਆ ਹਾਂਜੀ ਤੇ ਪੰਜਾਬ ਨੂੰ ਇੱਕ ਨੀਤੀ ਦੇ ਤੌਰ ਤੇ ਕੁਰਾਹੇ ਪੈਂਦੇ ਉਹਨਾਂ ਨੇ ਦੇਖਿਆ ਬਿਲਕੁਲ ਤੁਸੀਂ ਉਹਨਾਂ ਦੇ ਨਾਵਲਾਂ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਜੀਵਨ ਨੂੰ ਕਿੱਥੋਂ ਚੇਟਕ ਲੱਗੀ ਵੀ ਉਹਨਾਂ ਨੇ ਸਾਇਤ ਲਿਖਣਾ ਸ਼ੁਰੂ ਕੀਤਾ ਦੇਖੋ ਕਮਲ ਸਾਹਿਬ ਦਾ ਜੇ ਆਪਾਂ ਇਹ ਗੱਲ ਕਹੀਏ ਤੁਸੀਂ ਪਹਿਲੀ ਗੱਲ ਕੀਤੀ ਆ ਵੀ ਕਮਲ ਸਾਹਿਬ ਖੁਦ ਜਿਉਂਦਾ ਜਾਗਦਾ ਇਤਿਹਾਸ ਹਨ ਇੰਨੀ ਲੰਬੀ ਉਮਰ ਭੋਗੀ ਆ ਤੇ ਉਹ ਸਾਰੀਆਂ ਲਹਿਰਾਂ ਦੇ ਲਗਭਗ ਜੀ ਇਹ ਨਹੀਂ ਗੱਲ ਵੀ ਉਹਨਾਂ ਨੇ ਦੇਖਿਆ ਬੱਚੇ ਬਿਛਰੇ ਨੇ ਜਿਵੇਂ ਹੁਣ ਆਪਾਂ ਇਹਦੇ ਕਾਲੀ ਮੋਰਚੇ ਲੱਗੇ ਕਿਉਂਕਿ ਉਹਦਾ ਪਰਿਵਾਰ ਸਿਆਸੀ ਸੀ ਜੀ ਉਹਦੇ ਪਿਤਾ ਜੀ ਨੇ ਮਤਲਬ ਸਰਦਾਰ ਮੱਲਾ ਸਿੰਘ ਜੀ ਨੇ ਉਹ ਕਾਲੀ ਮੋਰਚੇ ਚ ਭਾਗ ਲਿਆ ਸੀ ਜੈਤੂ ਦੇ ਮੋਰਚੇ ਚ ਭਾਗ ਲਿਆ ਸੀ ਜੀ ਇਹਦਾ ਜਨਮ ਜਿਹੜੇ ਪਿੰਡ ਚ 27 ਜੂਨ 1919 ਨੂੰ ਹੋਇਆ ਢੁੱਡੀਕੇ ਪਿੰਡ ਉਹ ਕੋਈ ਜਾਣ ਪਛਾਣ ਦਾ ਮਥਾਜ ਨਹੀਂ ਜੀ ਗਦਰੀ ਬਾਬੇ ਦਾ ਉਹ ਵੱਡਾ ਕੇਂਦਰ ਰਹਾਗਾ ਤੇ ਢੁੱਡੀਕਾ ਦੇ ਬਹੁਤ ਸਾਰੇ ਗਦਰੀ ਬਾਬੇ ਨੇ ਜਿਹੜਾ ਕੱਟੀਆਂ ਨੇ ਭਾਈ ਸਰਸਿੰਗ ਢੁੱਡੀਕੇ ਜਿਹੜੇ ਕੈਨੇਡਾ ਤੋਂ ਸਿੱਧਾ ਫਾਂਸੀ ਲੱਗੇ ਨੇ ਹੂੰ ਤੇ ਇਤੋਂ ਲਾਵਾ ਲਾਲਾ ਲਾਜਪਤਰਾਏ ਜਿਹਨੂੰ ਸਰਕਾਰ ਸਰਕਾਰ ਨੇ ਬੜਾ ਸ੍ਰੀਧ ਬਣਾਇਆ ਹੋਇਆ ਜੀ ਪੰਜਾਬ ਦੇ ਸੁਖਤਾਬ ਦਿੱਤਾ ਹੋਇਆ ਉਹਦੇ ਵੀ ਨਾਨਕੇ ਪਿੰਡ ਢਿੱਕੇ ਆ ਜੋ ਢਿੱਕਾ 86 ਪਿੰਡ ਸੀ ਪੂਰੀ ਸ਼ਾਸਤ ਜਾਂ ਸ਼ਾਸਤ ਦਾ ਖਾੜਾ ਪਏ ਪਿੰਡ ਨੂੰ ਕਹਿ ਸਕਦੇ ਆ ਸ਼ਾਸਤ ਨੇ ਰੋਮ ਰੋਮ ਚ ਬਚੀ ਹੋਈ ਸੀ ਦੇਖੋ ਇਹਦਾ ਉਹਦੀ ਨਾਬਲ ਕਰੀ ਦਾ ਸਫਰ ਆ ਉਹ ਤਾਂ ਬਹੁਤ ਲੰਬਾਗਾ ਤੇ ਉਹਨੇ 50 60 ਨਾਬਲ ਲਿਖੇ ਨੇ ਤੇ ਸ਼ੁਰੂ ਦੇ ਵਿੱਚੋਂ ਨਾਬਲ ਕਰਨੀ ਸੀ ਆਪਣਾ ਜੀਵਨ ਨੂੰ ਇੱਕ ਕਵਿਦੇ ਤੌਰ ਤੇ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਉਹਦੀ ਕਹਾਣੀ ਕਿਤਾਬ ਸਫੀਰ ਜੀਵਨ ਕਟਿੰਗਾ ਜੀ ਤੇ ਉਹ ਜਿਹੜੀ ਕਿਤਾਬ ਸਫੀਸੋ ਉਮਜਰੋ ਨੂੰ ਇਥੋਂ 9ਵੇਂ ਪੇ ਪਾਸ ਸੀ 10ਵੇਂ ਦੇ ਵਿੱਚੋਂ ਇਹ ਪੜ੍ਹਾਈ ਛੱਡ ਕੇ ਭੱਜ ਗਏ ਕਿਉਂਕਿ ਅਲਜਬਰਾ ਬਹੁਤ ਔਖਾ ਹੁੰਦਾ ਸੀ ਉਦੋਂ ਤੇ ਪਿੰਡਾਂ ਦੇ ਵਿੱਚ ਵੀ ਕੋਈ ਸੂਰਤਾ ਸੀ ਪੜ੍ਹਾਈ ਦੀ ਆਮ ਸਧਾਰਨ ਟੀਚਰ ਹੁੰਦੇ ਸੀਗੇ ਇਹਨੂੰ ਕੋਈ ਬਹੁਤੀ ਮਤਲਬ ਆਪ ਵਿਚਾਰਾਂ ਨੇ ਸੁੱਝੀ ਨਹੀਂ ਸੀ ਹੁੰਦੀ ਜੀ ਸੇ ਮਲਾਇਆ ਚਲੇ ਗਏ ਤੇ ਹੀਰ ਦੀ ਗਾਉਣ ਦਾ ਸ਼ੌਕ ਸੀ ਹੋਰ ਨੌਜੋਨਾਂ ਵਾਂਗੂੰ ਉਹਨੂੰ ਆਵਾਜ਼ਾਂ ਦੀ ਬੜੀ ਸੋਹਣੀ ਸੀ ਉੱਥੇ ਨੂੰ ਕਿਸੇ ਨੇ ਕੋਈ ਚੰਨਣ ਸਿੰਘ ਨਾਂ ਦਾ ਬੰਦਾ ਮਿਲਿਆ ਇਨ ਨੂੰ ਕਿਹਾ ਵੀ ਤੁਸੀਂ ਯਾਰ ਆਪ ਲਿਖਿਆ ਕਰ ਵੀ ਜਿਹੜੇ ਗੁਰਪੁਰਬ ਹੁੰਦੇ ਉੱਥੇ ਕਵਤਾ ਪੜ ਹੂੰ ਤੇ ਜਦੋਂ ਨੇ ਆਪ ਲਿਖ ਕੇ ਕੋਈ ਕਵਤਾ ਪੜੀ ਤੇ ਬੱਲੀ ਬਾਵਾ ਹੋ ਗਈ ਤੇ ਇਹਦਾ ਨਾਂ ਕਵੀਆਂ ਨੇ ਲੇਖ ਕੇ ਸਮਾਰ ਹੋਣ ਲੱਗਿਆ ਤੇ ਫਿਰ ਇਹ ਆਪ ਵੀ ਕਵਤਾ ਜੋੜਨ ਲੱਗੇ ਜੀ ਤੇ ਇੱਥੋਂ ਫਿਰ ਉਹ ਮਲਾਇਆ ਤੋਂ ਪੰਜਾਬ ਆ ਕੇ ਆ ਕੇ ਸ਼੍ਰੋਮਣੀ ਕਮੇਟੀ ਦੇ ਨੇ ਨੌਕਰੀ ਕਰ ਲਈ ਜੀ ਔਰ ਸ਼੍ਰੋਮਣੀ ਕਮੇਟੀ ਚ ਉਹਨਾਂ ਵੇਲਿਆਂ ਚ ਅੱਜ ਵਾਂ ਗੁੱਡਾ ਫਰ ਬੰਦੇ ਨਹੀਂ ਸੀ ਉਹਨਾਂ ਵੇਲਿਆਂ ਚ ਸ਼੍ਰੋਮਣੀ ਕਮੇਟੀ ਚ ਚੰਗੇ ਸਮਸ਼ੇਰ ਸਿੰਘ ਸੋਕ ਵਰਗੇ ਸੂਝਵਾਨ ਬੰਦੇ ਵਿਦਵਾਨ ਬੰਦੇ ਹੁੰਦੇ ਸੀਗੇ ਦੇ ਦਾ ਸਿਆਣੇ ਬਣ ਗਏ ਤੇ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਇਹ ਵੀ ਸੀ ਵੀ ਇਹ ਸਿੱਖ ਨੌਜਨ ਲੇਖਕ ਨੇ ਬੁੱਧੂ ਜੀ ਵੀ ਨੇ ਇਤਿਹਾਸ ਕਰਨ ਨੂੰ ਸੰਭਾਲੋ ਮਤਲਬ ਪਿੰਡ ਤੋਂ ਬਾਹਰ ਵੀ ਉਹਨਾਂ ਨੂੰ ਜਿਹੜਾ ਦਾਇਰਾ ਮਿਲਿਆ ਉਹ ਸੂਝਵਾਨ ਲੋਕਾਂ ਦਾ ਮਿਲਿਆ ਸੂਝਵਾਨ ਦਾ ਮਿਲਿਆ ਤੇ ਉੱਥੇ ਰੰਦੇ ਕਪਤਰੀ ਪਹਿਲੀ ਕਿਤਾਬ ਸ਼ਫਾਈ ਤੇ ਫਿਰ ਇੱਕ ਨਾਵਲਕ ਦੇ ਖੇਤਰ ਦੇ ਵਿੱਚ ਨਾਨਕ ਸਿੰਘ ਦੀ ਤੂਤੀ ਬੋਲਦੀ ਸੀ ਬਹੁਤ ਵੱਡਾ ਮਸ਼ਹੂਰੀ ਮਿਲ ਗਈ ਸੀ ਨਾਨਕ ਸਿੰਘ ਨੂੰ ਜਤੀ ਤੋਂ ਬਾਅਦ ਨਾਵਲ ਲਹੂ ਚਿੱਟਾ ਲਹੂ ਮਤਰੀ ਮਾਂ ਜੀ ਤੇ ਇੱਕ ਮਿਆਂ ਦੋ ਤਲਵਾਰਾਂ ਨਹੀਂ ਬਾਤ ਚਾਹੀਨੇ ਜੀ ਕਾਫੀ ਚਰਚਾ ਹੁੰਦੀ ਪਹਿਲਾਂ ਆਪ ਲੋਕ ਕਾਲ ਚੱਕਰ ਵਗੈਰਾ ਮਿੱਠਾ ਮੋਹਰਾ ਵਗੈਰਾ ਜਿਹੜੇ ਨਾਵਲ ਸੀ ਹੁੰਦੇ ਤੇ ਉਹ ਪਬਲਿਸ਼ਰ ਹੁਣ ਉਹਦੇ ਚ ਇਹ ਸੀ ਵੀ ਨਾਨਕ ਸਿੰਘ ਆਪਣੇ ਨਾਵਲ ਆਪ ਛਾਪ ਕੇ ਵੇਚਦਾ ਸੀ ਅੱਛਾ ਪਬਲਿਸ਼ਰ ਜਿਹੜੇ ਸੀ ਉਹਨੂੰ ਉਹਦਾ ਮੁਨਾਫਾ ਨਹੀਂ ਸੀ ਮਿਲਦਾ ਨਾਵਲ ਦੀ ਡਿਮਾਂਡ ਵੱਧ ਰਹੀ ਸੀ ਸੋ ਇੱਕ ਹਰਨਾਮ ਸਿੰਘ ਨਾਂ ਦੇ ਪਬਲਿਸ਼ਰ ਹੁੰਦੇ ਸੀਗੇ ਉਹ ਕਿੱਛੇ ਕਰਕਤਾ ਆਪਾਂ ਛਾਪਦੇ ਸੀ ਉਹਨੇ ਕਮਲ ਨੂੰ ਕਹਿੰਦਾ ਕਮਲ ਸਾਹਿਬ ਤੂੰ ਨਾਵਲ ਲਿਖਾ ਇਹ ਕਹਿੰਦਾ ਯਾਰ ਮੈਨੂੰ ਨਾਵਲ ਨਹੀਂ ਲਿਖਣਾ ਹੁੰਦਾ ਮੈਂ ਤਾਂ ਕਹਿੰਦਾ ਉਗੜਾ ਪਹਿਲਾ ਨਾਵਲ ਵੀ ਐਈ ਕਿਸੇ ਬੰਦੇ ਨੇ ਲਿਖਿਆ ਹੋਣਾ ਕੋਈ ਮਾਦੇ ਪੇਟਰ ਨਾਵਲ ਕਰ ਬੰਦੇ ਨਹੀਂ ਕਹਾਣੀ ਤੂੰ ਜੋੜ ਲੈਣਾ ਸਾਰਾ ਕੋਈ ਤਰ੍ਹਾਂ ਰੁਚੀ ਵੀ ਹੈਗੀ ਆ ਕੋਈ ਕਹਾਣੀ ਲੱਭ ਲੈ ਚਾਹੇ ਸੱਚੀ ਲੱਭ ਲੈ ਚਾਹੇ ਝੂਠੀ ਲੱਭ ਲੈ ਉਹ ਤਾਂ ਨਾਵਲ ਲਿਖ ਸੋ ਇਹਨਾਂ ਕੋਲ ਇੱਕ ਸੱਚੀ ਕਹਾਣੀ ਸੀ ਜਿਹੜਾ ਹੁਣ ਪਾਸ ਪਛਮੀ ਪੰਜਾਬ ਚ ਰਹਿ ਗਿਆ ਏਰੀਆ ਜਿਹੜਾ ਆਪਾਂ ਬਾਰ ਦਾ ਲਖਾ ਕਹਿੰਦੇ ਸੀ ਲੋਕ ਉੱਥੇ ਕੀਤੀ ਕਰਦੇ ਸੀਗੇ ਜੀ ਉੱਥੇ ਕਿਸੇ ਕੋਈ ਕਤਲ ਹੋ ਗਿਆ ਸੀਗਾ ਕਿਸੇ ਬੰਦੇ ਦਾ ਉਹਦੇ ਦਾ ਕੋਈ ਦੋਸਤ ਜੋ નિર્ਦੋਸ਼ ਫਸ ਗਿਆ ਸੀ ਤੈਨੂੰ ਫਾਂਸੀ ਲੱਗੀ ਇਹਨੇ ਫਿਰ ਉਸਨੂੰ નિર્ਦੋਸ਼ ਦਿਨ ਲੈ ਕੇ ਵੀ ਕਾਨੂੰਨ ਕਹਿ ਜਾ ਸੱਚ ਨੂੰ ਫਾਂਸੀ ਨਾਮ ਲਿਖਿਆ ਪਹਿਲਾਂ ਜੀ ਤੇ ਉਹ ਚਰਚਾ ਬੜੀ ਹੋ ਗਈ ਹੂੰ ਤੇ ਉਹ ਹਰਨਾਮ ਸਿੰਘ ਵੀ ਇਹ ਫਰਕੜ ਖਲੋਤਾ ਤੇ ਨਾਲਕ ਸਿੰਘ ਨੇ ਵੀ ਆ ਕੇ ਉਹਨੂੰ ਥਾਪੜ ਦਿੱਤਾ ਉੱਥੇ ਵੀ ਭਾਈ ਹੁਣ ਜੇ ਤੂੰ ਇਸ ਆ ਗਿਆ ਰਾਤ ਤੇ ਤਾਂ ਸਾਬਤ ਕਦਮੀ ਚੱਲਨੀ ਜੀ ਫਿਰ ਦੂਜਾ ਨਾਮ ਲੰਦਾ ਪਾਲੀ ਸੀ ਉੱਥੇ ਥਰੂ ਦੇ ਵਿੱਚ ਤੇ ਬਦਾਂਤ ਦਾ ਪ੍ਰਭਾਵ ਸੀ ਇਹਨਾਂ ਨੇ ਭਰਤਰੀ ਹਰੀ ਦੀ ਬਿਰਾਗ சதਕ ਤੇ ਨੀਤੀ சதਕ ਪੜਿਆ ਹੋਇਆ ਸੀਗਾ ਹਾਂ ਆਮ ਤੌਰ ਤੇ ਜੁੱਥ ਪੜਦਾ ਹੁੰਦਾ ਸੀਗਾ ਉਹ ਇਹ ਵੀ ਮੰਨਿਆ ਜਾਂਦਾ ਵੀ ਉਹਨਾਂ ਨੇ ਵਿਦਾਂਤ ਵੀ ਪੜੇ ਹੋਏ ਸੀ ਹਾਂ ਵਿਦਾਂਤ বেদ ਵਗੈਰਾ ਕੋ ਡੇਰਾ ਦੇ ਵਿੱਚੋਂ ਜਿਹੜੇ ਪਿੰਡਾਂ ਦੇ ਡੇਰੇ ਹੁੰਦੇ ਸੀ ਸਾਧਾਂ ਦੇ ਜੋਗੀਆਂ ਦੇ ਜਾਂ ਇਹ ਉਦਾਸੀ ਸਾਧਾਂ ਦੇ ਜਾਂ ਇਹ ਨਰਮਲੇ ਸਾਧਾਂ ਦੇ ਉੱਥੇ ਹਜੇ ਕਿਤਾਬਾਂ ਪੜਾਇਆ ਜਾਂਦੇ ਸੀ ਭਾਵੇਂ ਕਿ ਉਹ ਸਕੂਲੀ ਵਿਦਿਆ ਦੇ ਵਿੱਚ ਰੁਚੀ ਨਹੀਂ ਰੱਖਦੇ ਸੀ ਪਰ ਜੀਵਨ ਵਿਦਿਆ ਦੇ ਵਿੱਚ ਉਹਨਾਂ ਦੀ ਪੂਰੀ ਰੁਚੀ ਸੀ ਪੂਰੀ ਰੁਚੀ ਸੀ ਇਹ ਕਹਿ ਸਕਦੇ ਆ ਜੀ ਸੋ ਉਹ ਜਿਹੜਾ ਤਾਂ ਨਾਮ ਵਾਲਾ ਪਾਲੀ ਉਹ ਤੇ ਬਿਦਾਂਤ ਦਾ ਪ੍ਰਭਾਵ ਸੀ ਉਹ ਚ ਗਿਆਨੀ ਜੀ ਪਾਤਰ ਆਉਂਦੇ ਨੇ ਆਮ ਤੌਰ ਤੇ ਉਹ ਬੰਦਾ ਜਿਹੜਾ ਪੰਛੂਜਮਾਨ ਹੁੰਦਾ ਸੀ ਪੰਜਾਬ ਦੇ ਬੱਚੇ ਲੋਕ ਨੂੰ ਗਾਨੀ ਕਹਿੰਦੇ ਸੀ ਜਸਵੰਤ ਸਿੰਘ ਕਮਲ ਨੂੰ ਵੀ ਹੁਣ ਤੱਕ ਗਿਆਨੀ ਜੀ ਕਹਿੰਦੇ ਰਹੇ ਨੇ ਲੋਕ ਜੀ ਗਿਆਨੀ ਇਹਨਾਂ ਦੀ ਅਲੱਗ ਵੀ ਗਿਆਨੀ ਪਈ ਹੋਈ ਸੀ ਤੇ ਪੜ੍ਹੇ ਲਿਖੇ ਲੋਕਾਂ ਨੂੰ ਗਿਆਨੀ ਕਹਿੰਦੇ ਸੀ ਉਹ ਮੁੱਢਲੇ ਪੱਤਰ ਵੀ ਤੇ ਗਿਆਨੀ ਨੇ ਕੌਮਿਸਟਰ ਨਹੀਂ ਗਏ ਤਿੰਨ ਨਾਵਲਾਂ ਤੱਕ ਤੁਸੀਂ ਦੇਖੋ ਤੁਹਾਨੂੰ ਪੂਰਨਵਾਸੀ ਨਾ ਬੁਲਾਇਆ ਤੀਜੇ ਨਾਵਲ ਜਿੰਨ ਦੀ ਬੱਲੇ ਬੱਲੇ ਕਰਾਈ ਜਿਵੇਂ ਹੁਣ ਆਪਾਂ ਰਸੂਲ ਹਮਜ਼ਾ ਤੌਬ ਦੀ ਗੱਲ ਕਰਦੇ ਆ ਉਹ ਜਿਵੇਂ ਪੂਰਨਵਾਸੀ ਸੀ ਉਦੇ ਵਿੱਚ ਪਿੰਡੂ ਸੱਭਾ ਚਰਨ ਚਿਤਰਿਆ ਦੂਹਾਂ ਦਾ ਖੋਦਨ ਪਪ ਸੀ ਸਿੱਧਾ ਮੇਲੇ ਮ ਸਾਹਿਬ ਚਿਤਰੇ ਹੋਰ ਤੇ ਹੋਰ ਚਿਤਰੇ ਮੁੰਡੇ ਕੁੜਿਆਂ ਦੇ ਇਸ਼ਕ ਨੂੰ ਚਿਤਰਿਆ ਤੇ ਜਿਹੜਾ ਦਾ ਨਾਵਲ ਦੇ ਕਾਣ ਸੀ ਉਹ ਲੋਕ ਗੀਤਾਂ ਨਾਲ ਸ਼ੁਰੂ ਹੁੰਦੇ ਸੀ ਜਿਹਦੇ ਨਾਲ ਹੋਰ ਵੀ ਖਿੱਚ ਪਾਉਂਦੇ ਸੀ ਖਿੱਚ ਪਾਉਂਦੇ ਸੀ ਉਹ ਚ ਪਿਆਰ ਕਹਾਣੀ ਸੀ ਉਹ ਚ ਇੱਕ ਗਿਆਨੀ ਪਾਤਰ ਆ ਜਿਹੜਾ ਰੂਪ ਤੇ ਚੰਨੋ ਦਾ ਪਿਆਰ ਕਹਾਣੀ ਆ ਸੋ ਉਹਨੇ ਪੂਰਨ ਮੱਸੀ ਨੇ ਇਹਨਾਂ ਨੂੰ ਇੱਕ ਵੱਡੀ ਪਛਾਣ ਦਿੱਤੀ ਅ ਵੈਸੇ ਤਾਂ ਸਾਰੇ ਨਾਵਲਾਂ ਦੀ ਇਹਨਾਂ ਦੀ ਲੋਕਾਂ ਦੇ ਵਿੱਚ ਬਹੁਤ ਖਿੱਚ ਰਹੀ ਹੈ ਭਾਵੇਂ ਪੂਰਨ ਮਾਸ਼ੀ ਹੋਵੇ ਜਾਂ ਉਸ ਤੋਂ ਬਾਅਦ ਆਏ ਰਾਤ ਬਾਕੀ ਹੈ ਜਾਂ ਲਹੂ ਦੀ ਲੋ ਆਪਾਂ ਉਹਨਾਂ ਸਾਰੇ ਨਾਵਲਾਂ ਦੀ ਗੱਲ ਕੋਸ਼ਿਸ਼ ਕਰਾਂਗੇ ਕਰੀਏ ਪਰ ਇਹਨਾਂ ਦੇ ਜੇ ਸ਼ੁਰੂਆਤ ਇੱਥੋਂ ਕਰੀਏ ਵੀ ਇਹਨਾਂ ਦੇ ਨਾਵਲਾਂ ਦੀ ਜਿਹੜੀ ਆਧਾਰ ਸੀਗੀ ਜਾਂ ਇਹਨੂੰ ਪਿੱਚ ਕਹਿ ਲਈਏ ਕਿਹੜੀ ਪਿੱਚ ਤੇ ਉਹ ਜ਼ਿਆਦਾ ਯਕੀਨ ਰੱਖਦੇ ਸੀਗੇ ਦੇਖੋ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਪ੍ਰਦਾਨ ਤੋਂ ਬਾਅਦ ਗਦਰੀ ਬਾਬਾ ਦਾ ਪਿੰਡ ਸੀਗਾ ਇਹ ਗਦਰੀ ਬਾਬੇ ਦੀ ਕੌਨਸਟ ਲਹਿਰ ਵਾਲਾ ਹੈ ਪੰਜਾਬ ਦੇ ਵਿੱਚ ਕੌਮਨਸ਼ਲ ਲਹਿਰ ਚੱਲੀ ਇੱਥੇ ਕਿਸਾਨੀ ਦਾ ਜਿਹੜੀ ਮੁਜ਼ਾਰਾ ਕਿਸਾਨੀ ਸੀਗੀ ਪਹਿਲਾਂ ਮਾਲ ਵਿੱਚ ਪਰਜਾਵੰਡ ਲਹਿਰ ਚੱਲੀ ਮੁਜ਼ਾਰਾ ਨੂੰ ਜ਼ਮੀਨ ਦੇ ਪਾਉਣ ਦੇ ਰਜਵਾੜਾ ਸਾਹੀ ਦੇ ਖਿਲਾਫ ਬਾਅਦ ਚ ਉਹੀ ਮੂਵਮੈਂਟ ਕੌਮਨਸ਼ਟ ਦੇ ਹੱਥ ਚ ਆ ਗਈ ਮਾਲ ਵਿੱਚ ਤੇਜਾ ਸਿੰਘ ਸੁਤੰਤਰ ਨੇ ਪੈਪਸੂ ਖੇਤਰ ਦੇ ਵਿੱਚ ਅਗਵਾਈ ਕੀਤੀ ਲੱਖਾਂ ਏਕੜ ਮੁਜ਼ਾਰਾ ਨੂੰ ਜ਼ਮੀਨ ਅਥੇ ਵੰਡੀ ਜੀ ਤੇ ਰਜਵਾੜੇ ਭਜਾਏ ਤੋਂ ਕੌਮਨਸ਼ਲ ਲਹਿਰ ਦੀ ਗਵਾਈ ਸਾਰਾ ਕੁਝ ਹੋਇਆ ਸੋ ਨੈਚਰਲੀ ਆ ਵੀ ਉਸ ਲਹਿਰ ਦਾ ਜਿਹੜਾ ਪ੍ਰਭਾਵ ਆ ਪੰਜਾਬ ਦੇ ਵਿੱਚੀ ਪ੍ਰੀਤ ਰਣੀ ਨਿਕਲਦਾ ਸੀ ਹੋਰ ਬਹੁਤ ਸੀ ਖਾਸ ਕਰਕੇ ਸਿੱਖ ਕਿਸਾਨੀ ਤੇ ਕਾਮਰਸ਼ਲ ਲਹਿਰ ਦਾ ਬਹੁਤ ਬਚਾਰਤ ਦਾ ਅਸਰ ਪਿਆ ਜੀ ਉਹਦੇ ਅਸਰ ਪੈਣ ਦੇ ਕਾਰਨ ਇਹ ਸੀ ਵੀ ਮੁਢਲੇ ਤੌਰ ਤੇ ਉਹਨਾਂ ਗਦਰੀ ਬਾਬਿਆਂ ਨੂੰ ਵੀ ਆਮ ਸਿੱਖਾਂ ਨੂੰ ਵੀ ਲੱਗਦਾ ਸੀਗਾ ਵੀ ਸਿੱਖੀ ਤੇ ਜਿਹੜੀ ਕਾਮਰਸ਼ਲ ਸਿਧਾਂਤਾਂ ਤਾਂ ਸਾਂਝੀ ਵਾਲਦਾ ਉਹ ਕੋਈ ਫਰਕ ਨਹੀਂ ਠੀਕ ਹੈ ਇੱਕੋ ਹੀ ਗੱਲ ਆ ਵੀ ਉਹਹੀ ਸਾਂਝੀ ਵਾਲਦਾ ਗੁਰੂ ਲੈਉਣੇ ਚਾਹੁੰਦੇ ਸੀ ਉਹਹੀ ਇਹ ਲੈਉਣੀ ਚਾਹੁੰਦੇ ਆ ਨਾਂ ਅਨਸਾਫੀ ਦੇ ਬੇਅਨਸਾਫੀ ਦੇ ਉਹ ਬਰਸੀ ਬੇਅਨਸਾਫੀ ਦੇ ਖਿਲਾਫ ਇਹ ਸਿੱਖ ਧਰਮ ਜਿਸ ਕਰਕੇ ਸਾਰਾ ਸਿੱਖ ਧਰਮ ਦੇ ਸਿੱਖੀ ਦੇ ਵਿੱਚੋਂ ਲੋਕ ਕਿਸਾਨੀ ਦੇ ਵਿੱਚੋਂ ਨੌਜਾਨ ਕਮਿਸ਼ਨ ਦਾ ਵਿਚਾਰਤਰਤੇ ਆਏ ਜੀ ਤੇ ਸਭ ਤੋਂ ਪਹਿਲਾਂ ਨੇ ਮਜਾਰਾ ਮੂਵਮੈਂਟ ਦੇ ਨਾਵਲ ਲਿਖਿਆ ਰਾਤ ਬਾਕੀ ਹੈ ਬਿਲਕੁਲ ਜੀ ਜਦੋਂ ਗਿਆਨੀ ਪਾਤਰ ਨੂੰ ਛੱਟ ਕੇ ਫਿਰ ਕਿ ਭਪੂਰਨਾ ਦਾ ਕਮਿਸ਼ਨ ਪਾਤਰ ਲੈਂਦਾ ਜਿਹੜਾ ਗਾਹਾਂ ਬੰਦਾਂ ਨੂੰ ਤਿਆਰ ਕਰਦਾ ਤੇ ਉਹ ਚਰਨ ਨਾ ਦਾ ਹੀਰੋ ਨਿਕਲਦਾ ਉਹ ਵੀ ਰੋਮਾਂਟਿਕ ਦਰਸ਼ਵਾਦੀ ਪਾਤਰ ਆ ਭਾਵੇਂ ਜੀ ਪੂਰਨ ਯਥਾਰਥਵਾਦੀ ਵੀ ਉਹਦਾ ਵੀ ਇੱਕ ਲੜਕੀ ਨਾਲ ਪ੍ਰੇਮ ਮੁਹੱਬਤ ਹੁੰਦੀ ਆ ਜੀ ਉਹ ਲੋਕਾਂ ਦੇ ਖਾਤਰ ਲੋਕਾਂ ਦੇ ਦਰਸ਼ ਦੀ ਖਾਤਰ ਲੋਕਾਂ ਦੀ ਜੱਦੋ ਜਹੱਦ ਦੀ ਖਾਤਰ ਆਪਣੇ ਪਿਆਰ ਮੁਹੱਬਤ ਨੂੰ ਕੁਰਬਾਨੀ ਦੇਣ ਦਾ ਉਹ ਲੜਕੀ ਕਹਿੰਦੇ ਜੇ ਲਾਪਾ ਉਧਰ ਚਲੀਏ ਪੱਤ ਚਲੀਏ ਕਰੋ ਜੀ ਰਾਜਨਾ ਦੀ ਲੜਕੀ ਆ ਪਰ ਚਰਨਕ ਦਾ ਨੇਿਤ ਪਾਰਟੀ ਦੀ ਮੇਰੇ ਪਰਿਵਾਰ ਦੀ ਬੰਦਾਮੀ ਬਹੁਤ ਹੋ ਉਹ ਪਾਰਟੀ ਨੂੰ ਤਰਜੀਹ ਦਿੰਦਾ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਉਹਨਾਂ ਦੇ ਜਿਹੜੇ ਨਾਵਲਾਂ ਦੀ ਆਧਾਰ ਭੂਮੀ ਰਹੀ ਹੈ ਉਹ ਰੋਮਾਂਟਿਕ ਆਦਰਸ਼ਵਾਦੀ ਰਹੀ ਹੈ ਰੋਮਾਂਟਿਕ ਆਦਰਸ਼ਵਾਦੀ ਰਹੀ ਭਾਵੇਂ ਕਿ ਉਹਦੇ ਵਿੱਚੋਂ ਨਾਲ ਲਹਿਰਾਂ ਨੂੰ ਸੰਬੋਧਨ ਹੁੰਦੇ ਰਹੇ ਬਿਲਕੁਲ ਜੀ ਉਹਨਾਂ ਤੋਂ ਆਪਣੇ ਪਾਤਰ ਲੈਂਦੇ ਰਹੇ ਨੇ ਪਰ ਉਹ ਰੋਮਾਂਟਿਕ ਆਧਾਰ ਤੇ ਹੀ ਰਹੇ ਨੇ ਦੇਖੋ ਜੇ ਉਹਨਾਂ ਦੀ ਨਾਵਲ ਦੀ ਗੱਲ ਕਰਨੀ ਹੋਵੇ ਜੀ ਮੇਪਾ ਕੋਈ ਬੜਤੀ ਦੇ ਸਾਬ ਨਾਲ ਕਰ ਲਗੇ ਪੇਟਾ ਉਹਦਾ ਰੋਮਾਂਟਿਕ ਦਰਸ਼ਵਾਦੀ ਸੀ ਤਾਣਾ ਉਹ ਹੋਰ ਲੈਣਾ ਦਾ ਭਰ ਲੈਦੇ ਸੋਚ ਜੀ ਜਿਮੋ ਚ ਕਮਿਸ਼ਨ ਲੈਰ ਦਾ ਭਰ ਲੈ ਤਾਣਾ ਪੇਟਾ ਬਨਿਆਦੀ ਪੇਟਾ ਜਿਹੜਾ ਸੀਗਾ ਜਿਹਨੂੰ ਆਪਾਂ ਤਾਣਤ ਦਾ ਤਾਣਾ ਬੋੜ ਦਾ ਕਹਿਆ ਦਿੰਦੇ ਆ ਜੀ ਤਾਣਾ ਉਹਨਾਂ ਦਾ ਹੋਈ ਸੀ ਰੋਮਾਂਟਿਕ ਦਰਸ਼ਵਾਦੀ ਪੇਟਾ ਉਹ ਹੋਰ ਰੰਗ ਦਾ ਭਰ ਲੈਂਦੇ ਸੀਗੇ ਨਵਲਾ ਦੇ ਬੱਚਾ ਸੂਰ ਰੋਮਾਂਟਿਕ ਦਰਸ਼ਵਾਦੀ ਸਾਰੀ ਉਮਰ ਰਹੇ ਨੇ ਉਦੇ ਵਿੱਚ ਹਰ ਨਾਵਲ ਚ ਪਿਆਰ ਕਹਾਣੀ ਹੁੰਦੀ ਹੋਣੀ ਹੋਣੀ ਕਿਸੇ ਨਾ ਕਿਸੇ ਪਾਤਰ ਦੇ ਅ ਅਦਰਸ਼ਵਾਦੀ ਰੋਮਾਂਟਿਕ ਦੇ ਨਾਲ ਨਾਲ ਉਹ ਕਿਹੜੀ ਵਿਚਾਰਧਾਰਾ ਤੋਂ ਵੱਧ متاثر ਰਹੇ ਦੇਖੋ ਪਹਿਨਾ ਉਹ ਤੇ ਕਮਨਿਸਟ ਵਿਚਾਰਧਾਰਾ ਦਾ ਰੰਗ ਚੜਿਆ ਰਾਤ ਬਾਕੀ ਹੈ ਬਾਰੇ ਕਿਹਾ ਜਾਂਦਾ ਉਹ ਨਾਵਲ ਇੰਨਾ ਹੈ ਤਾਂ ਰੋਮਾਂਟਿਕ ਅਦਰਸ਼ਵਾਦੀ ਉਹਨਾਂ ਜੂਥ ਨੂੰ ਬਹੁਤ ਖਿੱਚ ਪਾਇਆ 1950 ਤੋਂ ਬਾਅਦ ਦੇਸ਼ ਯਾਦ ਹੋ ਗਿਆ ਸਕੂਲ ਕਾਲਜ ਖੁੱਲ ਰਹੇ ਸੀ ਪਿੰਡਾਂ ਦੇ ਨੌਜਨ ਪੜ ਰਹੇ ਪੜਨਾ ਉਧਰ ਆਏ ਜੂਥ ਨੂੰ ਜੂਥ ਨੇ ਉਹ ਬਹੁਤ ਪੜਿਆ ਦੂਜੇ ਪਾਸੇ ਕਮਨਿਸਟ ਲਹਿਰ ਸੀ ਘਰ ਵੱਲ ਵੱਧ ਰਹੀ ਸੀ ਤੇ ਉਹਦੇ ਵਿੱਚ ਹਣ ਉਹ ਇਨਕਲਾਬ ਦੀ ਆਸ ਰੱਖ ਕੇ ਚੱਲਦੇ ਨੇ ਉਹ ਤਾਂ ਨਾਵਲ ਲੇਡੋਂ ਤੋਂ ਤਾਂ ਚਰਨ ਦੀ ਮੌਤ ਹੁੰਦੀ ਆ ਜਾਂ ਹੋਰ ਉਹ ਗੱਲ ਕਹਿੰਦੇ ਨੇ ਅ ਮੱਝੀਆਂ ਚਾਰੀਆਂ ਬੇਲੇ ਜਾਈ ਨਹੀਂ ਜਾਣੀਆਂ ਰਹਿ ਗਈ ਰਾਂਝਾ ਹੁਣੀ ਤੇਰੀ ਬਰਾਤ ਬਾਕੀ ਐ ਜੀ ਤਾਂ ਕਿ ਵੀ ਹੁਣ ਇਨਕਲਾਬ ਹੋਣ ਵਾਲਾਗਾ ਉਹਨੂੰ ਐਡੀ ਆਸ ਸੀ ਪਰ ਹੌਲੀ ਹੌਲੀ ਜਿਹੜੀ ਇਨਕਲਾਬ ਦੀ ਆਸ ਜਦੋਂ ਕਮਿਊਨਿਸਟ ਪਾਰਟੀਆਂ ਦੋ ਬਣ ਕੇ 1964 ਦੇ ਵਿੱਚ ਸੀਪੀਐਮ ਦੇ ਸੀਪਈ ਫਿਰ ਸਰਕਾਰੀ ਬਣ ਗਈਆਂ ਸੀਪੀਆਈ ਤੇ ਸੀਪੀਐਮ ਬਣ ਗਈਆਂ ਸੀਪੀਐਮ ਬਣ ਗਈਆਂ ਫਿਰ ਉਹ ਸਰਕਾਰੀ ਜਦੋਂ ਬਣ ਗਈਆਂ ਤੋਂ ਇਹਨਾਂ ਤੋਂ ਆਸ ਵੀ ਨਹੀਂ ਲੱਗੀ ਕਮਲ ਸਾਹਿਬ ਤੋਂ ਜਿਹੜੂ ਹਾਸਲ ਹੁੰਦੇ ਸੀ ਮੱਜੀਆਂ ਚਾਰੀਆਂ ਬੇਲੇ ਤੇਰੀਆਂ ਜਾਈ ਨਹੀਂ ਜਾਣਗੀਆਂ ਰਗੀ ਰਾਂਝਾ ਤੇਰੀ ਆਉਣੀ ਬਰਾਤ ਬਾਕੀ ਹੈ ਉਹ ਸਾਰਿਆਂ ਨੂੰ ਲੱਗਿਆ ਵੀ ਖਟਾਈ ਚ ਪੈ ਗਏਨ ਕਲਾਵੇ ਦੋਨੇ ਪਾਰਟ ਗਿਆ ਇਹਨਾਂ ਕਲਾਵ ਤੋਂ ਪਗੌੜਨਾ ਹੋਗੀਆਂ ਫਿਰ ਸਾ ਤੀਜੀ ਪਾਰਟੀ ਨਕਸਲਬੜੀ ਲਹਿਰ ਚੱਲਦੀ ਆ ਉਹ ਨਕਸਲਬੜ ਦੇ ਮੁੰਡੇ ਉੱਠ ਕੇ ਇਥੇ ਹਥਿਆਰਮਦ ਬਗਾਵਤ ਕਰਦੇ ਨੇ ਤੇ ਬਾਦਲ ਦੀ ਉਹ ਸਰਕਾਰ ਹੁੰਦੀ ਆ ਸ਼ੁਰੂ ਦੇ ਵਿੱਚ ਇਹ ਫੜ ਕੇ ਨੂੰ 80 ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਨੌਜਾਨਾਂ ਦੀ ਸਮੇਤ ਬਾਬਾ ਬੂਝਾ ਸਿੰਘ ਦੇ 80 ਸਾਲ ਦੇ ਉਮਰ ਦੇ ਸੀਗਾ 80-85 ਮੁੰਡੇ ਤੇ ਮਾਰੇ ਜਾਂਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਉਹਦੇ ਘਰ ਤਾਕਤ ਜਾਂਦੇ ਨੇ ਫਸਲਾਂ ਤਵਾਕ ਕਿਤੇਂਦੀਆਂ ਪਿੰਡਾਂ ਦੇ ਪਿੰਡ ਫੜ ਕੇ ਕੁੱਟੇ ਜਾਂਦੇ ਨੇ ਜੋ ਬਾਅਦ ਚ ਫਿਰ ਬਾਅਦ ਚ ਉਹੀ ਅ ਤਸ਼ੱਦਦ ਖੜਕੂ ਲਹਿਰ ਤੇ ਹੋਇਆ ਨਕਸਲਬੜੀ ਲਹਿਰ ਤੇ ਜੋ ਤਸ਼ੱਦਦ ਹੋਇਆ ਕਮਲ ਸਾਹਿਬ ਨੇ ਉਹਨੂੰ ਬਹੁਤ ਜੁੜਿਆ ਉਹਦੇ ਮਨ ਦੇ ਵਿੱਚੋਂ ਸੀ ਪੀਡੀਆ ਕਾਮਿਸ਼ਨਲ ਦੋਨੇ ਸੀਪੀਐਮ ਤੇ ਸੀਪੀਆਈ ਭਗੌੜ ਗਿਆ ਹੋਗੀਆਂ ਇਹ ਮੁੰਡੇ ਇਮਾਨਦਾਰਤਾ ਹੈਗੇ ਨਾ ਜੀ ਜਿਨੇ ਇਮਾਨਦਾਰਨ ਪੰਜਾਬ ਦੀ ਅਣਖ ਨੂੰ ਰੱਖ ਬਖਾਈ ਤਾਂ ਤੇ ਨਾਬਾ ਲਖਨ ਲਹੂ ਦਿ ਲੋ ਜਿਹੜਾ ਲਹੂ ਦਿ ਲੋ ਲਿਖਿਆ ਉਦੋਂ ਪੰਜਾਬ 'ਚ ਐਮਰਜੈਂਸੀ ਲੱਗ ਗਈ ਪਰ ਲਾਹੌਰੀ ਲੋ ਨਾਬਲ ਸਵਾਇਆ ਬਿੰਨ ਜਾ ਕੇ ਸਿੰਗਾਪੁਰ ਤੋਂ ਆ ਜੀ ਜੋ ਲੋਕਾਂ ਨੂੰ ਨਕਸਲਬੜੀ ਲਹਿਰ ਬਾਰੇ ਨਹੀਂ ਸੀ ਲੋਕਾਂ ਨੂੰ ਪਤਾ ਬਹੁਤਾ ਤੋਂ ਇੱਕਦਮ ਉੱਠੀ ਲਹਿਰ ਖਤਮ ਹੋ ਗਈ ਭਾਵੇਂ ਉਹਦੇ ਕਈ ਗਰੁੱਪ ਖੇੜੇ ਪੁੰਡੇ ਫਿਰਦੇ ਸੀ ਪਰ ਉਹ ਲੋਕਾਂ ਨੂੰ ਨਹੀਂ ਪਤਾ ਵੀ ਕੌਣ ਆ ਇਹ ਹੋਰ ਨਾਂਵਾਂ ਤੇ ਉਹ ਵਿਚਰਦੇ ਸੀਗੇ ਜਿੰਨ ਤੱਕ ਜਿੱਥੇ ਬੰਦੇ ਜਿਹਾ ਬਣਾ ਕੇ ਉਹ ਲਾਹੌਦੀ ਲੋ ਨੇ ਉਹਨਾਂ ਨੂੰ ਇੱਕ ਨਾਇਕ ਬਣਾ ਕੇ ਪੇਸ਼ ਕੀਤਾ ਇਹ 18ਵੀਂ ਸਦੀ ਦੇ ਨਾਇਕ ਸੀ ਐਡੇ ਮਹਾਨ ਨਾਇਕ ਐਡੇ ਉਹਨੇ ਤਸ਼ੱਦਦ ਚੱਲੇ ਤੇ ਤਸ਼ੱਦਦ ਚਲਦਿਆਂ ਹੋਏ ਆ ਉਹਨਾਂ ਦਾ ਸਾਰਾ ਮਨੋਬਲ ਸੀ ਉਹ ਸਿੱਖ ਵਿਰਸੇ ਦਾ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਸੀ ਜੀ ਜਦੋਂ ਪੁਲਿਸ ਤਸੱਦਦ ਕਰਦੀ ਸੀ ਤਾਂ ਉਹਨਾਂ ਦੇ ਸਾਹਮਣੇ ਮਾਡਲ ਸੀ ਉਹ ਮੁੰਡਾ ਸਾਹਮਣੇ 18ਵੇਂ ਸਿੱਦੇ ਸਿੰਘ ਸੀ ਭਾਈ ਤਾਰੂ ਸਿੰਘ ਸੀ ਕੋਪਰੀਲੇ ਹੋਂਦ ਆਲਾ ਭਾਈ ਬਾਬਾ ਦੀਪ ਸਿੰਘ ਸੀ ਹੋਰ ਰਹੇਦੇ ਸਿੰਘ ਸੀ ਵੀ ਉਹਨਾਂ ਨਾਲ ਹੋਇਆ ਉਹ ਆਪਣੇ ਆਪ ਨੂੰ ਵੀ ਗੁਰੂ ਗੋਬਿੰਦ ਸਿੰਘ ਕਹਉਂਦੇ ਸੀ ਜੀ ਸੋ ਇਹਨੂੰ 18ਵੇਂ ਸਿੱਦੇ ਪਾਤਰ ਉਹ ਨਕਸਲਿਆਂ ਦੇ ਜਿਉਂਦੇ ਕਰਤੇ ਉਹ ਨਵਲ ਉਹਦੀ ਬੜੀ ਮਾਨਤਾ ਮਿਲੀ ਵੀ ਹੁਣ ਤੱਕ ਉਹਦਿਆਂ ਮਤਲਬ ਦਰਜਣਾ ਡਿਸ਼ਣਾ ਬਿਕ ਚੁੱਕੀ ਆ ਮਤਲਬ ਵੱਡੇ ਕਹਿਣ ਦਾ ਮਤਲਬ ਵੀ ਉਹ ਪਹਿਲਾਂ ਜਦੋਂ ਕਾਮਰੇਡੀ ਵਿਚਾਰਧਾਰਾ ਤੋਂ متاثر ਰਹੇ ਕਮਿਊਨਿਸਟ ਵਿਚਾਰਧਾਰਾ ਤੋਂ ਮੁੜ ਕੇ ਫਿਰ ਉਹਨਾਂ ਨੇ ਆਪਣੀ ਸਿੱਖ ਵਿਰਾਸਤ ਨੂੰ ਹੈ ਜਿਹੜਾ ਆਪਣੇ ਨਾਵਲਾਂ ਦੇ ਵਿੱਚ ਥਾਂ ਦਿੱਤੀ ਉਹ ਨਾਵਲ ਉਹਨੂੰ ਲੈਂਦਾ ਸਾਹਮਣੇ ਤੇ ਇਹ ਨਕਸਲਬੜੀ ਲਹਿਰ ਦੇ ਨਾਵਲਾਂ ਨੇ ਨਕਸਲਬੜੀ ਨਾਵਲ ਤੱਕ ਉਹਨੂੰ ਕਹਿ ਸਕਦੇ ਹੋ ਕਮਿਊਨਿਸਟ ਕਲੱਬ ਵੀ ਕਮਿਊਨਿਸਟ ਤੋਂ ਨਕਸਲਬੜੀ ਲਹਿਰ ਤੱਕ ਆਇਆ ਜੀ ਉਹਦੇ ਰੰਗ ਲਹਿਰਾਂ ਦਾ ਸਮੇਂ-ਸਮੇਂ ਚੜੇ ਲਹੂ ਦੀ ਲੋ ਜਿਹੜੀ ਹੈ ਉਹਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਵੀ ਪੰਜਾਬ ਦੇ ਲੋਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ ਹਾਂਜੀ ਵੀ ਲੋਕੀ ਉਹਨੂੰ ਨਜਾਇਜ਼ ਅਸਲੇ ਵਾਂਗੂ ਲਕੋਲ ਕੋ ਕੇ ਰੱਖਦੇ ਸੀ ਹਾਂ ਪਰਦੇ ਸੀ ਕਿਉਂਕਿ ਉਹਦੇ ਬਾਰੇ ਹੋ ਗਿਆ ਸੀ ਵੀ ਇਹ ਭਾਵੇਂ ਲੱਗੀ ਨਹੀਂ ਸੀ ਪਾਬੰਦੀ ਪਰ ਇਹ ਅਸਿਕ ਵੀ ਪੌਲਸ ਨੂੰ ਫੜਦੀ ਆ ਜੀ ਕਿ ਫਵਾ ਉੱਡ ਗਈ ਤੇ ਪੌਲਸ ਫੜਦੀ ਆ ਤੇ ਦੂਸਰੀ ਗੱਲ ਉਹ ਨਵਲ ਐਨਾ ਖਤਰਨਾਕ ਹੈ ਵੀ ਜਿਹੜਾ ਪਾਠਕ ਪੜ੍ਹਦਾ ਉਹਨੂੰ ਵੀ ਡਰ ਲੱਗਣ ਲੱਗ ਜਾਂਦਾ ਜੀ ਉਹ ਤਸ਼द्दਦ ਇਹਨਾਂ ਦੇ ਇੱਕ ਰੂਹ ਕੰਬ ਉੱਠਦੀ ਆ ਕੋਈ ਯਾਰ ਜੇ ਕਿਤੇ ਇਹ ਮੈਂ ਹੋਵਾਂ ਤੇ ਮੈਂ ਇਹ ਦੇਖਦਾ ਚੱਲ ਸਕਦਾ ਤਨ ਇੱਕ ਇਹ ਦੋ ਦਿਨੋਂ ਫਿਰ ਉਸ ਸਾਹ ਦੇ ਨਾਵਲ 'ਚ ਸੀਗਾ ਵੀ ਜਦੋਂ ਪਾਠਕ ਨੂੰ ਪੜਦਾ ਸੀਗਾ ਤਾਂ ਉਹ ਆਪਣੇ ਆਪ ਨੂੰ ਉਹਨਾਂ ਪਾਤਰਾਂ ਦੇ ਵਿੱਚ ਖੁਦ ਦੇਖਦਾ ਸੀਗਾ ਹਾਂ ਹਾਂ ਉਹ ਜਿਹੜਾ ਨਾਵਲ ਸੀ ਰਾਤ ਬਾਕੀ ਹੈ ਜੀ ਉਹਦਾ ਚਰਨਦਰਸ਼ਵਾਦੀ ਪਾਤਰ ਸੀ ਤੇ ਪੰਜਾਬ ਦੇ ਸਿੱਖ ਕਿਸਾਨੀ ਦੇ ਵਿੱਚੋਂ ਪੰਜਾਬੀ ਲੋਕਾਂ ਦੇ ਮੁੰਡਿਆਂ ਨੇ ਆਪਣੇ ਆਪ ਨੂੰ ਚਰਨ ਕਲ ਪਿਆ ਵੀ ਮੈਂ ਹੀ ਚਰਨ ਨਾ ਹੂੰ ਵੀ ਮੈਨੂੰ ਨਰਸਵਾ ਸਮਾਜ ਲਈ ਕੰਮ ਕਰਨਾ ਚਾਹੀਦਾ ਜੀ ਉਹ ਤਾਂ ਹੀ ਕਹਿੰਦੇ ਨਾ ਵੀ ਉਹਨੇ ਕਮਿਸਟ ਕਮਿਸਟ ਪਾਰਟੀ ਨਹੀਂ ਪੈਦਾ ਕੀਤੀ ਹੁਣ ਜਿਹਨੇ ਰਾਤ ਬਾਕੀ ਨੇ ਪੈਦਾ ਕੀਤੇ ਇਹ ਗੱਲ ਕਹੀ ਜਾਂਦੀ ਹਾਂ ਉਹ ਲੋਕ ਫੀਲਿੰਗ ਚ ਚਰਨ ਵਾਲੀ ਲੈਂਦੇ ਸੀ ਆਪਣੇ ਆਪ ਨੂੰ ਜਦੋਂ ਚਰਨ ਮਰ ਜਾਂਦਾ ਉਹਨੂੰ ਪੁਲਿਸ ਸ਼ਹੀਦ ਕਰੰਦੇ ਕੁੱਟ ਕੇ ਤਾਂ ਜਿਹੜਾ ਪਾਠਕ ਪੜ੍ਹਦਾ ਸੀ ਕਈ ਹਫ਼ਤੇ ਉਹਨੇ ਮੰਨਤੇ ਵਿੱਚ ਬੋਝ ਨਹੀਂ ਖਾਂਦਾ ਉਹ ਐਲਾ ਸੀ ਚਰਨ ਨਹੀਂ ਮਰਿਆ ਮੈਂ ਮਰ ਗਿਆ ਜੀ ਉਹ ਚਰਨ ਨੂੰ ਨਾਲ ਚੁੱਕੀ ਫਿਰਦਾ ਸੀ ਲਹੂ ਦੀ ਲੋ ਦੇ ਵਿੱਚ ਵੀ ਇਦਾਂ ਹੀ ਹੋਇਆ ਕਿੱਦਾਂ ਹੁੰਦਾ ਸੀ ਜੀ ਉਹਨਾਂ ਜ਼ਬਰਦਸਤ ਇੰਦਾ ਪ੍ਰਭਾਵ ਪੈਂਦਾ ਸੀ ਵੀ ਜੋ ਪਰਸਨ ਸਾਦਰ ਕੀਤਾ ਸਟੇਟ ਨੇ تصدر ਕੀਤਾ ਤਾਂ ਅੰਦਰੋਂ ਲਾਠ ਨਿਕਲਦੀ ਸੀ ਜਿਹੜੇ ਮੁੰਡਿਆਂ ਨੇ ਜਾਇਜ਼ ਹੋਈ ਆ ਕਾਸ ਮੇਰੇ ਹੱਥ ਪਿਸਤੌਲ ਹੋਵੇ ਗੋਲੀ ਹੋਵੇ ਤੇ ਮੈਂ ਇਹਦਾ ਬਦਲਾ ਲਵਾਂ ਤੇ ਮੈਨੂੰ ਲੱਗਦਾ ਵੀ ਉਹਦਾ ਮਨੋਵਿਗਿਆਨਕ ਨਾਵਲ ਦਾ ਲਹੂ ਦੀ ਲੋ ਦਾ ਫਿਕਰ ਜਗ ਦਾ ਪ੍ਰਤੀਕਰਮ ਖਾਰਕੂਲ ਹਰ ਮੌਕੇ ਹੋਇਆ ਜੀ ਜਦੋਂ ਹਜ਼ਾਰਾਂ ਸਿੱਖ ਨੌਜਨ ਹੀ ਕਿ 47 ਫੜ ਕੇ ਤੁਰ ਪਏ ਉਹਦੀ ਬੈਕਗ੍ਰਾਉਂਡ ਚ ਕਿਤੇ ਨਾ ਕਿਤੇ ਮਨੋਵਿਗਿਆਨਕ ਪੱਧਰ ਤੇ ਲਹੂ ਦੀ ਲੋ ਕੰਮ ਕਰਦਾ ਸੀ ਜੀ ਲਹੂ ਦੀ ਜਿਹੜੀ ਬੇਅਨਸਾਫੀ ਹੋਈ ਸੀ ਲੋਕਾਂ ਦੇ ਸਿੱਕਾ ਨਾਲ ਜਦ ਪੁਲਿਸ ਨੇ ਕੀਤੀ ਜਿਹੜੀ ਪੁਲਿਸ ਪ੍ਰਤੀ ਨਫ਼ਰਤ ਪੈਦਾ ਹੋਈ ਇੱਕ ਤਰ੍ਹਾਂ ਕਿਸਮ ਦੇ ਸਿੱਖ ਨੌਜਵਾਨ ਦੇ ਮਨ ਦੇ ਵਿੱਚੋਂ ਬੀਬੀ ਸੰਦੀਪ ਕੌਰ ਜੀ ਨੇ ਵਿਖਾਏ ਨੂੰ ਇਹ ਪੁੱਛਣਾ ਚਾਹੁੰਨਾ ਵੀ ਲਹੂ ਦੀ ਲੋ ਨੂੰ ਦੋ ਵਿਚਾਰਧਾਰਾਾਂ ਪੰਜਾਬ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਚੱਲ ਰਹੀਆਂ ਸੀਗੀਆਂ ਇੱਕ ਕਮਿਊਨਿਸਟ ਵਿਚਾਰਧਾਰਾ ਹਾਂਜੀ ਇੱਕ ਲਹੂ ਦੀ ਲੋ ਤੋਂ ਬਾਅਦ ਧਰਮ ਯੁੱਧ ਮੋਰਚਾ ਥੋੜੀ ਦੇਰ ਬਾਅਦ ਸ਼ੁਰੂ ਹੁੰਦਾ ਹੈ ਹਾਂਜੀ ਤਾਂ ਇਹਨਾਂ ਦੋਨਾਂ ਵਿਚਾਰਧਾਰਾ ਨੇ ਲਹੂ ਦੀ ਲੋ ਨੂੰ ਕਿਵੇਂ ਦੇਖਿਆ? ਆ ਦੇਖੋ ਜਿੱਥੋਂ ਤੱਕ ਕੌਮਿਸਟ ਵਿਚਾਰਧਾਰਾ ਦੀ ਗੱਲ ਆ ਜੀ ਕੌਮਿਸਟਾਂ ਦੇ ਵਿੱਚ ਜਦੋਂ ਨਕਸ਼ਾਬੜੀ ਲਹਿਰ ਦੇ ਵਿੱਚ ਹੂੰ ਅ ਟੁੱਟ-ਫੁੱਟ ਹੋ ਕੇ ਕਈ ਗਰੁੱਪ ਬਣ ਗਏ ਸੀ ਜੀ ਇੱਕ ਪਠੰਡੇ ਬੰਦਾ ਸੀ ਨਾਗੀ ਰੈਡੀ ਗਰੁੱਪ ਉਹ ਤਾਂ ਲਹੂ ਦੀ ਲੋ ਨੂੰ ਮਾਨਤਾ ਨਹੀਂ ਸੀ ਦਿੰਦਾ ਕੋਈ ਸ਼ੁਰੂ ਚ ਹੀ ਉਹ ਪਗੜਾ ਹੋਗਾ ਸੀ ਲੈਰ ਤੋਂ ਉਹ ਅੱਜ ਵੀ ਭਾਰਤੀ ਸ਼ੈਨੂ ਗੁਰਾਖਾ ਦਾ ਬੁਰਕਾ ਪਾ ਕੇ ਬਿਚਰਦੇ ਨੇ ਉਹੀ ਬੰਦੇ ਨੇ ਜੀ ਉਹ ਤਾਂ ਲਹੂ ਦੀ ਲੋ ਤੋਂ ਸਿੱਧਾ ਨੂੰ ਮਾਨਤਾ ਨਹੀਂ ਸੀ ਦਿੰਦੇ ਉਹ ਕਹਿੰਦੇ ਸੀ ਤਾਂ ਐਵੇਂ ਜਾਨਕ ਬਾਲੀ ਇਹਨਾਂ ਨੇ ਹਮ ਨਾ ਉਹਨਾਂ ਕੋਈ ਮਕਸਦ ਸੀ ਜਿਹੜੀਆਂ ਕੌਮਿਸਟ ਪਾਰਟੀਆਂ ਸੀ ਉਹ ਤਾਂ ਨਿੰਦਿਆਈ ਸੀ ਇਹਨੂੰ ਡਾਕਟਰ ਕੇਸਰ ਸਿੰਘ ਨੇ ਕੇਸਰ ਨੇ ਦੇ ਖਿਲਾਫ ਲਿਖਿਆ ਪੰਜਾਬ ਜੋ ਉੱਠ ਚੁੰਦੇ ਸੀ ਰਘਵੀਰ ਢੰਡ ਦੇ ਖਿਲਾਫ ਲਿਖਿਆ ਸਾਰੇ ਕੌਮਿਸਟ ਸੀਪੀਐਮ ਤੇ ਸੀਪੀਐਨ ਦੇ ਖਿਲਾਫ ਲਿਖਿਆ ਕਿਉਂਕਿ ਉਹ ਚ ਨਿੰਦਿਆ ਨਹੀਂ ਨਾ ਉਹਨੂੰ ਪੰਡਿਆ ਸੀ ਵੀ ਮੁਖਲਾਬ ਤੋਂ ਪਕੌੜੀਆਂ ਹੋ ਚੁੱਕੀਆਂ ਪਾਰਟੀਆਂ ਕਮਲ ਸਾਹਿਬ ਨੇ ਨੰਗੇ ਚਿੱਟੇ ਰੂਪ ਚ ਅਕਸਲ ਬੜੀਆਂ ਨੇ ਖੜਿਆ ਸੀਗਾ ਉਹਨਾਂ ਦੇ ਖਿਲਾਫ ਲਿਖਣੀ ਸੀ ਸੋ ਜਦੋਂ ਮਤਲਬ ਖੜ ਇਹ ਜਦੋਂ ਲਹੂ ਦੀ ਲੋ ਲੋਕਾਂ ਦੇ ਵਿੱਚ ਇੰਨੀ ਮਕਬੂਲ ਹੋਈ ਹੈ ਤਾਂ ਲੋਕਾਂ ਨੂੰ ਉਹ ਵਿਚਾਰਤਾ ਰਾ ਜਿਹੜੀਆਂ ਲੋਕਾਂ ਨੂੰ ਚਲਾ ਰਹੀਆਂ ਨੇ ਉਹ ਪਾਰਟੀਆਂ ਨੇ ਉਹਨੂੰ ਕਿਉਂ ਨਿੰਦਿਆ ਆ ਦੇਖੋ ਉਹ ਤਾਂ ਹੁਣ ਲੋਕਾਂ ਨੂੰ ਚਲਾਇ ਨਹੀਂ ਰਹੇ ਉਹ ਤਾਂ ਪ੍ਰਗਤ ਕਰਦੇ ਪਕੌੜੀਆਂ ਹੋਊਗਾ ਸੀ ਜਾਂ ਤਾਂ ਲੈਗਰੇਡਨ ਕਲਾਉਤੋਂ ਪਕੌੜੀਆਂ ਸੀਗੀ ਸੀਪੀ ਮਸੀਪੀ ਪਕੌੜੀ ਹੋ ਗਈ ਸੀਗੀ ਹਮ ਉਹਨਾਂ ਦਾ ਨਿੰਦਣਾ ਹੀ ਸੀ ਨਾ ਜੀ ਕੋ ਜਦੋਂ ਕਮਲ ਸਾਹਿਬ ਨੇ ਨਾਵਲ ਚੋਂ ਨਿੰਦਿਆ ਸੀਗਾ ਹਮ ਸੋ ਸਿਰਕੇ ਨਾਲ ਜਿਹੜਾ ਨਾਬਲਦਨ ਉਹਨਾਂ ਦਾ ਹੁਣ ਹੀ ਕਰਨਾ ਸੀ ਜਿਹੜੇ ਲੋਕ ਆਮ ਲੋਕ ਸੀ ਜਿਹੜੇ ਸਟੇਟ ਦੇ ਵਿਰੁੱਧ ਸੀ ਸਟੇਟ ਜ਼ਬਰ ਦੇ ਵਿਰੁੱਧ ਸੀ ਉਹਨਾਂ ਨੇ ਨਾਬਲ ਨੂੰ ਹੱਥਾਂ ਦੇ ਚੱਕਿਆ ਵੀ ਇਹ ਤਾਂ ਬਿਲਕੁਲ ਸਰਕਾਰ ਦੇ ਵਿਰੁੱਧ ਆ ਸਹੀ ਗੱਲ ਕਰਦਾ ਨਾਬਲ ਤੇ ਉਹੀ ਮੁੰਡੇ ਬਾਚ ਖੜਕੂ ਲੜਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਚ ਕਰ ਸੀਲ ਹੋਏ ਨੇ ਜੀ ਪਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਵੀ ਬੀਬੀ ਮਤਲਬ ਆਪਣੇ ਅੰਦਰਲੇ ਜਿਹੜੇ ਕਾਮਰੇਡਾਂ ਦੇ ਜਾਂ ਕਮਿਊਨਿਸਟ ਪਾਰਟੀਆਂ ਦੇ ਜਾਂ ਹੋਰ ਧਿਰਾਂ ਦੇ ਵੀ ਜਿਹੜੀ ਉਹਨਾਂ ਦੀ ਨਿੱਜੀ ਮੁਫਾਦਸੀ ਉਹਨਾਂ ਨੇ ਲਹੂ ਦੀ ਲੋ ਨੂੰ ਮਕਬੂਲ ਨਹੀਂ ਹੋਣ ਦਿੱਤਾ ਆਪੂ ਆਪਣੇ ਦ੍ਰਿਸ਼ਟੀਕੋਣੋਂ ਦੇਖਿਆ ਪਰ ਲੋਕਾਂ ਨੇ ਉਹਨੂੰ ਆਪਣੇ ਹਿੱਕ ਨਾਲ ਲਾ ਕੇ ਰੱਖਿਆ ਲੋਕਾਂ ਨੇ ਲਾ ਕੇ ਰੱਖਿਆ ਬਿਲਕੁਲ ਹਾਂਜੀ ਤੁਸੀਂ ਗੱਲ ਕਰਦੇ ਸੀ ਖੜਕੂ ਲੈ ਰਹੇ ਨੇ ਉਹਨੂੰ ਕਿਵੇਂ ਦੇਖਿਆ ਹਾਂ ਖੜਕੂ ਲਹਰ ਮੌਕੇ ਦੇਖਿਆ ਵੀ ਮੈਂ ਵੀ ਬੀਬੀ ਸੁਨੀਪ ਕੌਰ ਜਿਹੜੀ ਹੈਗੀ ਇਹਨੇ ਆਪਣਾ ਧਰਮ ਸਿੰਘ ਕਾਸਤੀਵਾਲ ਦੀ ਧਰਮ ਪਤਨੀ ਐ ਇਸ ਵਕਤ ਉਹ ਧਰਮ ਸਿੰਘ ਟਰਸਟ ਵੀ ਚਲਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣੇ ਸਵੈ ਜੀਵਨੀ ਹੈਗੀ ਆ ਵਿਖੜਾ ਪੈੜਾ ਜੀ ਉਹਦੇ ਵਿੱਚੋਂ ਗੱਲ ਕਰਦੇ ਨੇ ਬੀੜ ਤਰਮ ਸਿੰਘ ਕਾ ਆਸਤੀਵਾਲਸੀ ਬੱਬਰ ਖਾਲਸਾ ਦੇ ਕਰਕੁਨ ਸੀ ਉਹ ਆਪਣੇ ਬੰਦਿਆਂ ਨੂੰ ਕਹਿੰਦੇ ਹੁੰਦੇ ਸੀ ਸਿੰਘਾਂ ਨੂੰ ਵੀ ਲਹੂ ਦੀ ਲਹੂ ਨੂੰ ਦੋ ਦੋ ਵਾਰ ਪੜੋ ਵੀ ਜਿਵੇਂ ਉਹ ਮੁੰਡੇ ਸੇ ਸਾਧਰ ਚੱਲਦੇ ਨੇ ਉਹ ਮੈਂ ਜੇ ਮੈਂ ਤੁਸੀਂ ਆਪਣੇ ਆਪ ਨੂੰ ਦਰੜ ਕਰਨਾ ਸੋ ਮੈਨੂੰ ਲੱਗਦਾ ਵੀ ਲਹੂ ਦੀ ਲੋਗ ਨੇ ਖਾੜਕੂ ਲਹਿਰ ਦੇ ਜਿਹੜੇ ਮੁੰਡੇ ਸਨ ਉਹ ਵੀ ਕਿਸੇ ਨਾ ਕਿਸੇ ਇੱਕ ਦਰਦ ਹੋਣ ਦੀ ਪ੍ਰੇਰਨਾ ਦਿੱਤੀ ਆ ਠੀਕ ਹੈ ਉਹਦਾ ਮੁੰਡਿਆਂ ਨੂੰ ਜੀ ਜਿਹਦੇ ਨਾਲ ਦਰਨਾਂ ਸੀ ਦਿਆਂ ਪਾਇਆ ਤੇ ਬੰਦਮਨ ਕੱਟੇ ਗਏ ਤੇ ਭੇਦ ਨਿਸ਼ੀ ਖੋਲਦੇ ਬਹੁਤ ਸਾਰੇ ਉਹਨਾਂ ਕੋਲੇ ਇਨਾਂ ਦਾ ਸਾਧਰ ਨਕਸ਼ਿਆਂ ਤੋਂ ਵੀ ਵੱਧ ਸੱਦਰ ਹੋਇਆ ਕਿਉਂਕਿ ਸੱਦਰ ਦੇ ਹੁਣ ਖੜਕੂਲੇ ਹਰ ਮੌਕੇ ਪੁਲਿਸ ਨੇ ਨਿਮੇਤ ਤਰੀਕੇ ਯਾਦ ਕਰ ਲਏ ਸੀਗੇ ਮੱਖ ਮੱਖ ਟੰਗਨਾ ਤੇ ਸਿਰ ਤੋਂ ਸਿਰ ਦਾ 부ਚੜ ਇੰਟਰੋਗੇਸ਼ਨ ਸੈਂਟਰ ਚ ਲੈ ਜਾਂਦਾ ਸੀਗਾ ਖੜਕੂ ਸਿੱਖ ਨੌਜਾਨਦ ਨੂੰ ਇੰਟਰੋਗੇਟ ਕਰਨ ਦੀ ਖਾਤਰ ਜੀ ਸੋ ਉਹਨਾਂ ਦੇ ਪਿੱਛੇ ਤਾਂ ਦੇਹ ਧਰਮ ਦਾ ਸੀਗੇ ਸੀਗਾ ਖੜਕੂ ਸਿੱਖ ਲਹਿਰ ਦਾ ਜਿਹੜਾ ਪ੍ਰੇਰਨਾ ਸਰੋਤ ਸੀ ਉਹ ਮਾਰਸਵਾਂ ਲੈਣ ਦੀ ਬਜਾਏ ਧਰਮ ਦਾ ਸੀਗੇ ਸੀਗਾ ਹਮ ਧਰਮੋਂ ਦੀ ਪ੍ਰੇਰਨਾ ਸੀਗੇ ਧਰਮ ਨੂੰ ਮਨੋਵਲ ਕਾਇਮ ਰੱਖਣਾ ਸੀ ਪਰ ਚੋ ਕਿਤਨਾ ਕਿਤੇ ਇਹ ਮੰਨ ਸਕਦੇ ਆ ਵੀ ਲਾਹੂ ਦੀ ਲੋਦਾ ਵੀ ਯੋਗਦਾਨ ਸੀ ਠੀਕ ਹੈ ਕਿ ਲਾਹੂ ਦੀ ਲੋਦਾ ਵਿੱਚ ਪਾਤਰ ਨੂੰ ਦਾ ਦੇ ਕਿਵੇਂ ਤੁਸੀਂ تصدد چلਦੇ ਹੋਏ ਆ ਉਹ ਆਪਣੇ ਸ਼ਹੀਦਾਂ ਦਾ ਨਬਰਤੀ ਜੋੜਨੀ ਹੈ ਜੀ ਸ਼ਹੀਦਾਂ ਦਾ ਪ੍ਰੇਰਨਾ ਲੈਣੀ ਹੈ ਨਕਸਲਵਾੜੀ ਮੂਵਮੈਂਟ ਤੋਂ ਬਾਅਦ ਕਮਲ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਮਤੇ ਉੱਤੇ ਅਕਾਲੀ ਦਲ ਦਾ ਸਾਥ ਦਿੱਤਾ ਉਸ ਲਹਿਰ ਦੇ ਹੱਕ ਦੇ ਵਿੱਚ ਵੀ ਰਹੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਲਹਿਰ ਕਮਸ਼ ਲਹਿਰ ਚੱਲੀ ਹਮ ਇਹਨਾਂ ਦੇ ਨਾਮ ਲਿਖਿਆ ਰਾਤ ਬਾਕੀ ਹੈ 50 ਵੀ ਲਾਈ ਮੱਝੀਆਂ ਚਾਰੀਆਂ ਬੇਲੇ ਜਾਈ ਨਹੀਂ ਜਾਣਗੀਆਂ ਰਹਿ ਗਈ ਰੰਜਾ ਤੇਰੀ ਹੋਣੀ ਬਰਾਤ ਬੱਤੀ ਹੈ ਕਲਕਲਾਬ ਆਊਗਾ ਪਰ ਕਲਾਬ ਆਇ ਨਹੀਂ ਦੋ ਕੋ ਮਿਟਾ ਪਟੀਆਂ ਬਣ ਗਈਆਂ ਦੋ ਦੇ ਵਿੱਚੋਂ ਖੀਰ ਤੇ ਜਾ ਕੇ ਤੀਜੀ ਬਣ ਗਈ ਅਕਸਲਵਾੜੀ ਲਹਿਰ ਚੱਲੀ ਉਹਦੇ ਵਿੱਚੋਂ 12 ਗਰੁੱਪ ਬਣ ਗਏ ਹੁਣ ਕਮਲ ਸਾਹਿਬ ਕਿੱਥੇ ਸਟੈਂਡ ਕਰਦੇ ਕਿਹੜਾ ਗਰੁੱਪ ਨਾ ਖੜਦੇ ਇਹ ਖਿੱਚੋ ਤਾਣ ਪੈ ਗਈ ਸੀ ਉਹ ਕਹਿੰਦਾ ਸੀ ਮੈਂ ਚੰਗਾ ਉਹ ਕਹਿੰਦਾ ਮੈਂ ਚੰਗਾ ਸ਼ਾਇਦ ਕਰ ਨਹੀਂ ਖੜਦਾ ਹੁੰਦਾ ਇਸ ਤਰ੍ਹਾਂ ਉਹਨੇ ਲਿਖਣਾ ਹੁੰਦਾ ਉਦੋਂ ਵਾਰ ਜੋ ਕਮਲ ਸਾਹਿਬ ਨੇ ਸਟੱਡੀ ਕੀਤੀ ਆ ਜੋ ਮੈਂ ਕਿਤਾਬ ਦਾ ਨਾਮ ਰੱਖਿਆ ਪੰਜਾਬ ਦੀ ਪੱਗ ਜੀ ਇਹ ਐ ਮੈਨੂੰ ਰੱਖਿਆ ਇਹ ਮਸਹਾਰਾ ਦਾ ਮੁਲੰਕਣ ਕਰਕੇ ਜਿੱਥੇ ਕਮਲ ਸਾਹਿਬ ਪਹੁੰਚ ਗਿਆ ਸੀ ਇਹਨਾਂ ਨੇ ਇਹ ਦੇਖ ਲਿਆ ਸੀ ਕਿ ਪੰਜਾਬ ਜਿਹੜਾ ਹੈਗਾ ਪ੍ਰੋਫੈਸਰ ਕਿਸਨ ਸਿੰਘ ਨੇ ਕਿਹਾ ਸੀ 1950ਾਂ ਵਿੱਚ ਹੀ ਪੰਜਾਬ ਕੇਂਦਰ ਸਰਕਾਰ ਦੀ ਬਸਤੀ ਆ ਇਹਨਾਂ ਨੇ ਦੇਖਿਆ ਜੀ ਇਹਦਾ ਭਾਰਤ ਆ ਭਾਰਤ ਬਹੁ ਕੌਮੀ ਬਹੁ ਪਾਸ਼ੀ ਦੇਸ਼ ਆ ਹੂੰ ਤੇ ਜਿਹੜਾ ਸਿੱਖ ਹੈ ਤੇ ਕੱਟਗਿਰਤੀ ਚ ਪੰਜਾਬ ਦੇ ਵਿੱਚ ਜੀ ਪੰਜਾਬ ਨਾਲ ਕੇਂਦਰ ਉਹ ਕੌਮਰਸ ਦੀ ਜਮਾਤੀ ਲੜਾਈ ਸੀ ਉਹ ਤਾਂ ਜੰਡੇ ਤੇ ਨਹੀਂ ਸੀ ਨਾ ਹੋਣਾ ਵੀ ਜਾਤ ਪਾਤ ਦਾ ਮਸਲਾ ਤੇ ਕੌਮੀਅਤ ਦਾ ਮਸਲਾ ਨਾ ਉਹਨੂੰ ਤਾਂ ਤੇ ਪਹਿਲਾਂ ਨੂੰ ਪਤਾ ਸੀ ਨਾ ਉਹਨੂੰ ਅੱਜ ਉਹਦੇ ਬਾਰੇ ਇਹਨਾਂ ਦਾ ਕੁੱਕੜ ਵੀ ਨਹੀਂ ਪਤਾ ਪੰਜਾਬ ਦੇ ਕੌਮਟਾਂ ਨੂੰ ਕਹੀਂ ਉਹ ਵੀ ਜਾਂਦੇ ਨੇ ਵੀ ਭਾਰਤ ਬਹੁ ਕੌਮੀ ਭਾਰਤ ਬਹੁ ਦੇ ਪਾਸ਼ੀ ਦੇਸ਼ ਆ ਪਰ ਇਹ ਚ ਕਿਹੜਿਆ ਕਿਹੜਿਆ ਕੌਮ ਆ ਕਿਹੜੀ ਕੌਮ ਕਿਹੜੀ ਕੌਮ ਦੁਬਾਰ ਰਹੀ ਆ ਤੇ ਉਹਦੀ ਲੜਾਈ ਕੀ ਆ ਇਹਦੇ ਬਾਰੇ ਕੋ ਕੱਖ ਨਹੀਂ ਪਤਾ ਪਰ ਜ਼ਮੀਨੀ ਪੱਧਰ ਤੇ ਉਹਨੂੰ ਸਮਝ ਨਹੀਂ ਸਕ ਰਹੇ ਸਮਝ ਨਹੀਂ ਸਕਦੇ ਸੋ ਕਮਲ ਨੇ ਸਮਝਿਆ ਉਹਨੂੰ ਜੀ ਇਹ ਤਾਂ ਮੈਂ ਕਿਤਾਬ ਵਿੱਚੋਂ ਨੰਬਰ ਪੰਜਾਬ ਦੀ ਪੱਗ ਕਿਹਾ ਪਹਿਲਾ ਬੰਦਾ ਜਸਵੰਤ ਸਿੰਘ ਕਮਲ ਆ ਜਿਹਨੇ ਜੋ ਕੇਂਦਰ ਸਰਕਾਰ ਆ ਹਿੰਦੂ ਬਹੁ ਗਣਤੀ ਦੀ ਸਰਕਾਰ ਉੱਤੇ ਬਣਦੀ ਆ ਉਹ ਚੱਕ ਹੋਣ ਦੇ ਨਾਤੇ ਮਨੋਰਟ ਨੇ ਕਿਵੇਂ ਧੱਕਾ ਕਰਦੀ ਆ ਅੱਜ ਸਿਅਤ ਦੇਖ ਲੋ ਸਾਰਾ ਕੁਝ ਤਾਂ ਹੁਣ ਤੋਂ ਸਾਹਮਣੇ ਆ ਗਿਆ ਨੰਗੇ ਚਿੱਟੇ ਰੂਪ ਚ ਜੀ ਇਹ ਅੱਜ ਤੋਂ 50 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਸਮਝਣਾ ਬਹੁਤ ਵੱਡੇ ਚਿੰਤਕ ਦਾ ਕੰਮ ਸੀ ਜੀ ਇਹ ਗੁੰਜਲਦਾਰ ਵਰਤਾਰੇ ਨੂੰ ਸੋ ਕਮਲ ਸਿੰਘ ਜੀ ਕਮਲ ਸਾਹਿਬ ਦੇ ਸੀ ਕੇਂਦਰ ਤੋਂ ਧੱਕਾ ਕਰਿਆ ਪੰਜਾਬ ਵਸਤੀ ਆ ਪੰਜਾਬ ਦੇ ਪੰਜਾਬ ਨੂੰ ਬੋਲੀ ਪੱਖੋ ਪੰਜਾਬ ਨੂੰ ਕੁਦਰਤੀ ਸਰੋਤਾ ਪੱਖੋ ਮਹਾਰਾਜ ਆ ਰਹੇ ਇਹਦੀ ਰਾਗਤਾ ਨਹੀਂ ਖੋਹੀ ਗਈ ਚੰਡੀਗੜ੍ਹ ਰੂਪਲਾ ਜੁਨੀਅਨ ਟੈਰੀਟਰੀਕ ਰੱਖਿਆ ਗਿਆ ਇਹ ਕਾਲੀ ਸੂਬਾ ਜਰੋਂ ਬਣਿਆ ਕਾਲੀ ਸੂਬੇ ਦੇ ਮੋਰਚੇ ਬਕਮੀ ਕਮਲ ਸਾਹਿਬ ਕਾਲੀ ਸੂਬੇ ਦੇ ਹੱਕ ਅਸੀਂ ਪੰਜਾਬੀ ਸੂਬੇ ਦੇ ਹੱਕ ਤੇ ਡਟ ਕੇ ਹਮਾਇਤ ਕੀਤੀ ਜੇਕਰ ਤੇ ਪੰਜਾਬ ਦੇ ਵਿੱਚ ਪੰਜਾਬ ਨੂੰ ਦੋ ਪਾਸੇ ਸੂਬਾ ਚਲਾਉਣ ਦੀ ਗੱਲ ਚੱਲੀ ਤਾਂ ਜਸਵੰਤ ਸਿੰਘ ਕਮਲ ਜਗੀਰ ਸਿੰਘ ਜਤਾਰ ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲਾ ਇਹਨਾਂ ਨੇ ਪੰਜਾਬੀ ਕਾਨਫਰੰਸਾਂ ਕਰਕੇ ਜੁਲੇ ਬ੍ਰਸ਼ਟ ਕਦਾ ਵੀ ਮੂੰ ਮੋੜਾ ਜਿਹੜਾ ਪੰਜਾਬੀ ਸ਼ਬਦ ਜੋੜ ਬੁਗਾੜ ਰਹੇ ਸੀ ਜੀ ਜੇ ਪੰਜਾਬੀ ਸੂਬੇ ਤੋਂ ਪਹਿਲਾਂ ਦੀ ਗੱਲ ਕਰੀਏ ਜਦੋਂ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਲਿਪੀ ਥੋਪਣ ਦੀ ਕੋਸ਼ਿਸ਼ ਹੋ ਰਹੀ ਸੀ ਉਹਦੇ ਵਿੱਚ ਵੀ ਜਸਵੰਤ ਸਿੰਘ ਕਵਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਸ਼ੁਰੂ ਤੋਂ 1950ਆਂ ਤੋਂ ਅਲੱਗ ਕੇ ਦੇਖੋ ਨਾ ਤੁਸੀਂ ਮਿਲਾ ਕੇ ਦੇਖੋ ਤੇ ਜਦੋਂ ਹੁਣ ਤੁਸੀਂ ਤੁਸੀਂ ਇਹ ਕਾਰਨ ਮੰਨਦੇ ਹੋ ਵੀ ਇਸ ਕਰਕੇ ਉਹ ਅਕਾਲੀ ਮੋਰਚਿਆਂ ਦੇ ਨਾਲ ਜੁੜੀ ਇਹ ਸਮਝੋ ਤੁਹਾਡੀ ਪਰਪੱਕ ਸੀ ਹਮ ਪੰਜਾਬ ਬਾਰੇ ਨਾ ਮਨੋਰਟੀਜ਼ ਬਾਰੇ ਇਹੋਂ ਸਾਰਾ ਸਹਿਯੋਗ ਕਰਨੋਂ ਸਭ ਤੋਂ ਵੱਧ ਮਹਿਸੂਸ ਸੀ ਜੀ ਇੱਕੋ ਜਾਂ ਸੰਤ ਸਿੰਘ ਸੇਖੋਂ ਸੀ ਸੰਤ ਸਿੰਘ ਸੇਖੋਂ ਵੀ ਫਿਰ ਥੋੜਾ ਜਿਹਾ ਹੋ ਹੋ ਗਿਆ ਸੀ ਕਿ ਉਹਨੇ ਪੰਜਾਬੀ ਸ਼ਬਦ ਬਗਾੜਨ ਦੇ ਵਿੱਚ ਉਹਦਾ ਰੋਲ ਆ ਪੰਜਾਬੀ ਭਾਸ਼ਾ ਦਾ ਜੀ ਆਪਾਂ ਗੱਲ ਕਰੀਏ ਧਰਮ ਯੁੱਧ ਮੋਰਚੇ ਦੀ ਤੁਸੀਂ ਕਹਿੰਦੇ ਹੋ ਵੀ ਕਮਿਊਨਿਸਟ ਪਾਰਟੀਆਂ ਦੁਫਾੜ ਹੋ ਗਈਆਂ ਸੀ 14 ਅਨਕਸਲੀ ਗਰੁੱਪ ਬਣ ਚੁੱਕੇ ਸੀ ਪਰ ਇਹੀ ਹਾਲ ਧਰਮ ਯੁੱਧ ਮੋਰਚੇ 'ਚ ਸੀਗਾ ਨਹੀਂ ਧਰਮ ਯੁੱਧ ਮੋਰਚਾ ਮੁੱਕ ਵੀ ਸੀ ਸ਼ੁਰੂ 'ਚ ਸ਼ੁਰੂ ਦੇ ਵਿੱਚ ਤੁਹਾਨੂੰ ਕੱਲ ਹੀ ਇਕੱਠੇ ਸੀ ਇਹ ਤਾਂ ਬਾਅਦ ਦੀਆਂ ਗੱਲਾਂ ਆ ਜੀ ਜਦੋਂ ਤੁਸੀਂ 1978 ਤੋਂ ਲੈ ਕੇ ਦੇਖੋ ਵੀ 1978 ਦੇ ਵਿੱਚ ਨੰਗਤਰੀ ਕਾਰਡ ਵਾਪਰਦਾ ਇਹਨਾਂ ਦਾ ਮਨ ਨੂੰ ਦੁੱਖ ਹੁੰਦਾ ਫਿਰ ਕਾਲੀ ਜਰੂਰ ਮੋਰਚਾ ਲੱਗਦਾ ਕਾਲੀ ਦੇ ਅੱਲ ਵੱਲੋਂ ਲੱਗਦਾ ਧਰਮਜੋਦ ਮੋਰਚਾ ਕਪੂਰੀ ਮੋਰਚਾ ਲੱਗਦਾ ਅਨੰਦਪੁਰ ਸਦਾ ਮਤਾ ਲੈ ਜਾਂਦਾ ਉਹਦਾ ਸ਼ੁਰੂ ਵੱਲੋਂ ਕਾਲੀ ਦੇ ਦਲ ਵੱਲੋਂ ਲੈ ਜਾਂਦੇ ਨਾ ਜਿਹੜਾ ਪ੍ਰਾਤਨ ਕਾਲੀ ਦੇ ਦਲ ਚੱਲਿਆ ਹੁੰਦਾ ਸੀ ਇਹ ਤਾਂ ਦਫੇੜ ਤਾਂ ਬਾਅਦ ਚ ਹੋ ਗਿਆ ਨਾ ਛੋਟੇ ਮੋਟੇ ਗਰੁੱਪ ਤਾਂ ਹੋਣਗੇ ਵੀ ਪਰ ਮੁੱਖ ਜਿਹੜੀ ਮੇਨ ਸਟ੍ਰੀਮ ਸੀ ਉਹਦੇ ਵੱਲੋਂ ਜੋ ਕਾਲੀ ਅਨੰਦਪੁਰ ਸਦਾ ਮਤਾ ਲੈਂਦਾ ਕਮਲ ਸਾਹਿਬ ਨੰਗੇ ਦਿੱਤੇ ਰੂਪ ਚ ਅਨੰਦਪੁਰ ਸਾਹਿਬ ਦੇ ਜਾ ਕਹਿੰਦਾ ਹਿੰਦੂ ਬੰਦਾ ਹੋਰ ਸੀ ਜਿਹਦਾ ਜ਼ਿਕਰ ਬਹੁਤ ਘੱਟ ਹੋਣਾ ਤੇ ਦਸ ਦੇ ਵਿੱਚ ਨੂੰ ਭੁਲਾਇਆ ਜਾ ਰਿਹਾ ਉਹ ਸੀ ਪਟਿਆਲੇ ਤੋਂ ਐਮਸੀ ਭਾਰ ਦਵਾਜ ਜੀ ਮੇਰचंद ਭਾਰ ਦਵਾਜ ਜਿਹੜਾ ਪਹਿਲਾ ਬੰਦਾਗਾ ਕਾਮੇਟਾ ਵਿੱਚੋਂ ਕਹ ਲੋ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਹੱਕ ਚ ਆਇਆ ਹਿੰਦੂਆਂ ਵੱਲੋਂ ਜੀ ਤੇ ਦਰੋਂ ਪੰਜਾਬੀ ਲੇਖਕਾਂ ਵੱਲੋਂ ਸੁਵੰਸ ਸਿੰਘ ਕਮਲ ਸੀ ਤੇ ਜਦੋਂ ਪੰਜਾਬੀ ਲੇਖਕਾਂ ਵੱਲੋਂ ਸੁਵੰਸ ਸਿੰਘ ਕਮਲ ਆਇਆ ਪਹਿਲੀ ਵਾਰ ਸੀ ਇਹ ਵੀ ਜਿਹੜੇ ਤੇ ਪਹਿਲਾ ਬੜਿਆ ਹੋਸੀ ਪ੍ਰਭਾਵ ਕਾਮਰਸਟਾਂ ਦੇ ਵਿੱਚ ਜਾਂ ਨਕਸ਼ੀਆਂ ਦੇ ਵਿੱਚ ਉਹ ਟੁੱਟ ਗਿਆ ਲਗਾਤਾਰ ਉਹਨੂੰ ਐਸ ਵੀ ਕਮਲ ਸਾਹਿਬ ਕਿਵੇਂ ਹੋ ਗਿਆ ਜੀ ਉਹ ਤਾਂ ਮੋਰਚ ਨੂੰ ਫਿਰਕੂ ਕਹਿੰਦੇ ਸੀ ਵੀ ਧਰਮ ਦੀ ਲੜਾਈ ਆ ਤਾਂ ਤੂਕੜੀਸ ਆ ਇਹ ਤਾਂ ਕੁਰਸੀ ਜੋਦਾ ਪਰ ਜਦੋਂ ਕਮਲ ਸਾਹਿਬ ਨੇ ਇਹਦੇ ਹੱਕ ਦੇ ਵਿੱਚ ਖੜੇ ਹਾਂਜੀ ਤਾਂ ਉਹਨਾਂ ਨੂੰ ਬੜੀ ਮੁਖਾਲਫਤ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਵੱਡੀ ਮੁਖਾਲਫਤ ਉਹਨਾਂ ਨੂੰ ਦੋ ਵੱਡੀਆਂ ਮੁਖਾਲਫਤਾਂ ਇੱਕ ਤਾਂ ਇਸ ਵੇਲੇ ਕਰਨੀ ਪਈ ਸਾਹਮਣਾ ਇੱਕ ਜਦੋਂ ਉਹਨਾਂ ਦੀ ਧੀ ਦਾ ਕਤਲ ਹੋ ਗਿਆ ਸੀਗਾ ਉਦੋਂ ਵੀ ਮੁਖਾਲਫਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹ ਪਹਿਲਾਂ ਦੀ ਗੱਲ ਆ ਹਾਂ ਪਹਿਲਾਂ ਦੀ ਗੱਲ ਉਦੋਂ 76 ਤੋਂ ਬਾਅਦ ਦੀ ਗੱਲ ਆ ਹਾਂਜੀ ਜਦੋਂ ਲੋਹੂ ਦੀ ਲੋ ਲਿਖਦੇ ਨੇ ਲੋਹੂ ਦੀ ਲੋ ਤੋਂ ਬਾਅਦ ਕੋਕ ਲਹੂ ਦੀ ਲੋ ਦੇ ਬਾਅਦ ਉਹਨੇ ਕੰਮਸ਼ਟ ਪਾਰਟੀ ਨੂੰ ਨਿੰਦਾ ਇਹ ਦੋਨੋਂ ਮੁਖਾਲਫਤਾਂ ਕਿਹਨਾਂ ਵੱਲੋਂ ਸੀ ਤੇ ਇਹਨਾਂ ਦਾ ਕਿਵੇਂ ਕਮਲ ਸਾਹਿਬ ਨੇ ਸਾਹਮਣਾ ਕੀਤਾ ਦੇਖੋ ਜਿਹੜੀ ਤਾਂ ਉਹਦੇ ਬੇਟੀ ਦੇ ਕਤਲ ਦੀ ਗੱਲ ਆ ਘਟਨਾ ਜੀ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੇ ਨੂੰ ਬਦੂ ਕਰਨ ਦੇ ਵਿੱਚ ਰੋਲ ਸੀ ਉਹ ਸੀ ਪੀ ਤਾਂ ਸੀਪੀਐਮ ਦਾ ਸੀ ਜਿਹੜਨ ਦੇ ਅਖਬਾਰ ਨਿਕਲਦੇ ਸੀ ਕਿਉਂਕਿ ਸੀਪੀਐਮ ਦਾ ਸੀਬੀ ਦਾ ਇਹ ਮਕਸਦ ਸੀ ਵੀ ਇਹ ਕਮਲ ਸਾਹਿਬ ਨੇ ਲਹੂ ਦੀ ਲੋ ਦੇ ਵਿੱਚੋਂ ਨਿੰਦਿਆ ਸੀ ਰੱਦ ਕੀਤਾ ਸੀ ਜੀ ਨਕਸਲੀ ਮੁੰਡਾਂ ਦੀ ਹਮਾਇਤ ਕੀਤੀ ਸੀ ਉਹਦਾ ਇਹ ਮਕਸਦ ਸੀ ਵੀ ਹੁਣ ਮੌਕਾ ਆ ਗਿਆ ਕਮਲ ਸਾਹਿਬ ਨੂੰ ਬਦੂ ਕਰ ਗਏ ਕੋਸ਼ੇਤੇ ਹੋਰ ਵੀ ਹੋਣਗੇ ਜਿਹੜੇ ਕਮਲ ਸਾਡੇ ਵਿਰੁੱਧ ਹੀ ਹੋਣਗੇ ਸ਼ਾਇਦ ਕਰ ਜੀ ਤੇ ਪਰ ਜਿਹੜੀ ਮੇਨ ਗੱਲ ਸੀਗੀ ਜਦੋਂ ਇਹ 982 ਦੇ ਬਤਾਰ ਮੈਂ ਜਦੋਂ ਮੋਰਚੇ ਦੇ ਹੱਕ ਚਾਏ ਆ ਉਦੋਂ ਲਗਭਗ ਸਾਰੇ ਨਕਸਲੀਆਂ ਦੇ ਗਰੁੱਪ ਜੀ ਜਿਹੜੇ ਨੂੰ ਬਾਈ ਕਹਿੰਦੇ ਸੀ ਆਪਣੇ ਆਪ ਨੂੰ ਵੀ ਸਾਡਾ ਕਮਲ ਕੋਕੜ ਇਸ ਵੀ ਨਕਸਲੀਆਂ ਦੀ ਲਹਿਰ ਤੇ ਨਾਮ ਲਿਖਿਆ ਜੀ ਤਾਂ ਕਮਲ ਸਾਡਾ ਉਹਦੀ ਮੇਰ ਸੀ ਕਮਲ ਤੇ ਹੂੰ ਉਹਦਾ ਲੀਏ ਬਹੁਤ ਵੱਡੀ ਛੱਟ ਸੀ ਵੀ ਜਦ ਕਮਲ ਸਾਡੇ ਨਾਲ ਟੁੱਟ ਕੇ ਇਧਰ ਚਲਾ ਗਿਆ ਹੂੰ ਅਸੀਂ ਵੀ ਉਦੋਂ ਨਕਸਲੀਆਂ ਦੇ ਵਿੱਚ ਸੀ ਕ੍ਰਾਂਤੀਕਾਰੀ ਸਹਿਯੋਗ ਦੇ ਵਿੱਚ ਅਸੀਂ ਬੰਤਕ ਸੈਮੀਨਾਰ ਕਰਵਾਇਆ ਉਹਨੂੰ ਇੰਟਰਵਿਊ ਵੀ ਕੀਤਾ ਲੰਬਾ ਕ੍ਰਾਂਤੀਕਰਤਾ ਸਮਾਹਮਲ ਸੀ ਬਾਤਾਂ ਸਾਨੂੰ ਛੱਟ ਗਈ ਇਸ ਗੱਲ ਕਰਕੇ ਤੇ ਸਾਨੂੰ ਲੱਗਦਾ ਸੀ ਉਹਨੂੰ ਕੋਈ ਸਾਡੀ ਸਮਝ ਆਦੀ ਤਾਂ ਕਮੇਟਰੀ ਦੀ ਖੜੀ ਸੀ ਅਜਮੇਰ ਸਿੰਘ ਜੀ ਵੀ ਉਦੋਂ ਉੱਥੇ ਖੜੀ ਸੀ ਅਜ ਦੇ ਅਜੋਕੇ ਸਿੱਖ ਚਿੰਤਕ ਦੀ ਵੀ ਇਹ ਧਰਮ ਇਹ ਦਮਗੋਰਚਾ ਇਹ ਧਰਮ ਦੀ ਲੜਾਈ ਆ ਇਹ ਲੋਕਾਂ ਚ ਪਾਟ ਕ ਪਾਉਣ ਵਾਲੀ ਗੱਲ ਆ ਸਾਨੂੰ ਸਮਝ ਨਹੀਂ ਸੀ ਉਦੋਂ ਸਾਡੀ ਸੋਚ ਵੀ ਸੂਈ ਤਾਂ ਕਮੇਟਰੀ ਦੇ ਖੜੀ ਸੀ ਪ੍ਰਾਣੀ ਉਦੋਂ ਇਹ ਕਾਲਮ ਸੀ ਉਦੋਂ ਇਹ ਕਾਲਮ ਵੀ ਲਿਖੇ ਗਏ ਵੀ ਪਿੰਡਰਾਂ ਵਾਲੇ ਦਾ ਥੋਲ ਦਾੜੀਆ ਪੁੱਤ ਚਲੋ ਸਾਰੇ ਇਹਦੇ ਮਗਰ ਪੈਗੇ ਸੀ ਲੋ ਜੇ ਅਸੀਂ ਵੀ ਵਿਦੇਸਾਂ ਜਾ ਰਹੇ ਹਾਂ ਪਹਿਲਾਂ ਜਦੋਂ ਆਪਾਂ ਇਹ ਗੱਲ ਕਰ ਲਈਏ ਵੀ ਤੁਸੀਂ ਗੁਰਸ਼ਰਨ ਸਿੰਘ ਦੀ ਗੱਲ ਕਰਦੇ ਸੀ ਵੀ ਉਹ ਤਾਂ ਲਹੂਦਈ ਲੋ ਵੇਲੇ ਵੀ ਤੇ ਰਾਤ ਬਾਕੀ ਆ ਵੇਲੇ ਵੀ ਗੁਰਸ਼ ਜਸਵੰਤ ਸਿੰਘ ਕੰਵਲ ਦੇ ਹੱਕ ਵਿੱਚ ਖੜੇ ਸੀ ਤੇ ਉਹਦੀ ਤਾਰੀਫ ਵੀ ਬਹੁਤ ਕੀਤੀ ਆ ਬਿਲਕੁਲ ਕੀਤੀ ਆ ਉਹਨਾਂ ਨੇ ਜਦੋਂ ਲਹੂ ਦੀ ਲੋ ਤੇ ਗੋਸ਼ਟੀ ਹੋਈ ਸੀ ਬਹੁਤ ਵੱਡੀ ਮਾਨ ਸਾਹਿਬ ਜੀ ਜਿੱਥੇ ਡਾਕਟਰ ਕੇਸਰ ਸਿੰਘ ਨੇ ਪੇਪਰ ਪੜਿਆ ਸੀਗਾ ਪੰਜਾਬ ਨੂੰ ਚੁਣ ਲੈਣ ਤੇ ਹੋਰ ਬਹੁਤ ਸਾਰੇ ਬੰਦੇ ਸੀਗੇ ਉਹ ਸਭ ਤੋਂ ਵੱਡੀ ਮਹਾਨ ਗੋਸ਼ਟੀ ਆ ਜਿੱਥੇ ਪੰਜਾਬ ਦੇ ਭਗਵਾਨ ਜੋਸ਼ ਤੋਂ ਲੈ ਕੇ ਬਹੁਤ ਵੱਡੇ ਬੰਦੇ ਆਏ ਇਹ 1980 ਦੇ ਨੇੜੇ ਜਾਂ ਉਸ ਦੇ ਗੱਲਾਂ ਹੁਣ ਮੇਰੇ ਡੇਟ ਨਹੀਂ ਯਾਦ ਜੀ ਅਜਮੇਰ ਸਿਕਾਉਲ ਖਰੋਣੇ ਕਰਾਈ ਸੀਗੀ ਬੜੀ ਵੱਡੀ ਕੋਸ਼ਟੀ ਸੀਗੀ ਉੱਥੇ ਜਿਸਵੰਸਿਕ ਕਬਲ ਦੇ ਹੱਕ ਦੇ ਵਿੱਚ ਸਭ ਤੋਂ ਵੱਧ ਬੋਲਣ ਵਾਲਾ ਗੁਰਸਾਰਨ ਸਿੰਘ ਸੀ ਉਦੋਂ ਗੁਰਸਾਰਨ ਸਿੰਘ ਨੇ ਇਹ ਗੱਲ ਕਹੀ ਸੀ ਵੀ ਜੇ ਕੋਈ ਇੱਥੇ ਪ੍ਰਾਪਤੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਹੂੰ ਉਹ ਪੰਜਾਬ ਦੇ ਵਿਰਸੇ ਨਾਲ ਗੁਰੂ ਗੋਬਿੰਦ ਸਿੰਘ ਨਾਲ ਜੁੜ ਕੇ ਹੋ ਸਕਦੀ ਹੈ ਤੇ ਇਹਦਾ ਬ੍ਰੇਸੀ ਸਿਧਾਂਤ ਅਸੀਂ ਚੱਕੀ ਫਿਰਦੇ ਆ ਉਹਨਾਂ ਦਾ ਕੰਮ ਨਹੀਂ ਇੱਥੇ ਚੱਲਣੇ ਇਹ ਕਹਿਣ ਵਾਲਿਆਂ ਤੋਂ ਗੁਰਸਰਨ ਸਿੰਘ ਸੀ ਫਿਰ ਕੀ ਮੋੜ ਆਇਆ ਵੀ ਉਹਨਾਂ ਨੇ ਧਰਮ ਯੁੱਧ ਮੋਰਚੇ ਦੇ ਖਿਲਾਫਤ ਕੀਤੀ ਧਰਮ ਯੁੱਧ ਮੋਰਚੇ ਦੇ ਖਿਲਾਫਤ ਕੀਤੀ ਫਿਰ ਉਹ ਤਾਂ ਜਿਹੜੇ ਪੰਜਾਬ ਦੇ ਕੋਈ ਨਕਸ਼ਲੀ ਗਰੁੱਪ ਸੀ ਉਹਨਾਂ ਦਾ ਪ੍ਰਭਾਵ ਸੋ ਡਾਮਾ ਡੋਲ ਰਿਹਾ ਜੀ ਕਿਤੇ ਤਾ ਨੂੰ ਧਰਮ ਯੁੱਧ ਜੋ ਮੋਰਚੇ ਚੋਂ ਆਇਆ ਲੱਗਦਾ ਸੀਗਾ ਵੀ ਇਹ ਲੋਕਾਂ ਦੀ ਮੰਗਾ ਜਾਇਜ਼ ਨੇ ਜੀ ਐਮਸੀ ਭਾਰਤਵਾਦ ਨੂੰ ਲੇਖ ਸਭ ਤੋਂ ਵੱਧ ਉਹਨੇ ਛਾਪੇ ਹਮ ਉਹਦੇ ਵਿੱਚ ਸੰਤਾ ਪੇਪਰ ਦੇ ਬੱਚੇ ਜੀ ਤੇ ਇੱਕ ਹੋਰ ਹੁੰਦਾ ਸੀਗਾ ਅੰਮ੍ਰਿਤਸਰ ਦੇ ਵੱਲੋਂ ਬਜ਼ੁਰਗ ਕਾਮਰੇਡ ਪਾਲ ਸਿੰਘ ਉਹ ਪੰਜਾਬੀ ਕੌਮ ਦਾ ਪਰਚਾ ਕੱਢਦਾ ਸੀ ਉਹ ਜੀ ਪੰਜਾਬੀ ਕੌਮ ਦਾ ਇਹਨਾਂ ਡਰੈੱਸ ਸੀ ਨਾ ਉਹ ਵੀ ਗੁਰਸਰਨ ਸਿੰਘ ਦਾ ਘਰ ਹੁੰਦਾ ਸੀਗਾ ਹਮ ਛਾਪਦਾ ਗੁਰਸਰਨ ਸਿੰਘ ਸੀ ਜੀ ਗੁਰਸਰਨ ਸਿੰਘ ਤੇ ਪਹਿਲੇ ਸ਼ੁਰੂ ਦੇ ਵਿੱਚ ਉਹ ਸੀ ਪਰ ਬਾਅਦ ਦੇ ਵਿੱਚ ਕੀ ਹੋ ਗਿਆ ਵੀ ਮਾਨਸਿਕ ਤੌਰ ਤੇ ਨਾ ਹਮ ਕਈ ਬੰਦੇ ਆਪਣੇ ਆਪ ਨੂੰ ਜਾਂ ਮਸਲਿਆਂ ਦੀ ਸਮਝ ਨਹੀਂ ਉਹਨੂੰ ਹੁੰਦੀ ਡੁਗਾਈ ਚ ਉੱਤਰਦੇ ਨਹੀਂ ਹਮ ਕਿਉਂਕਿ ਜਦੋਂ ਕੋਈ ਮਸਲੇ ਨੂੰ ਸਮਝਣਾ ਹੈ ਇਹਦੀ ਖਤਰੋ ਸਟੱਡੀ ਬੜੀ ਕਰਨੀ ਪੈਂਦੀ ਹੈ ਤਰੀਪਾ ਚੱਲ ਧਾਰਨਾ ਇੱਕ ਮਸਲਾ ਵੀ ਹੋ ਸਕਦਾ ਹੈ ਪਰ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਮੰਨ ਤੁਸੀਂ ਖੁਦ ਕਹਿ ਰਹੇ ਹੋ ਵੀ ਤੁਸੀਂ ਕਿਸੇ ਮੌਕੇ ਤੇ ਉਹਨੂੰ ਨਹੀਂ ਸਮਝਿਆ ਸੀਗਾ ਤੇ ਇਹ ਗੱਲ ਗੁਰਸ਼ਰਨ ਸਿੰਘ ਉਹਨਾਂ ਨਾਲ ਉਹਨਾਂ ਨਾਲ ਇੱਕ ਹੋਰ ਗੱਲ ਵੱਧ ਆ ਆਮ ਕੱਲ ਤਾਂ ਛੋਟੀ ਨਾਲ ਵੀ ਗੱਲ ਇਹ ਆ ਬਿਲਕੁਲ ਸਟੇਟ ਟਰਰ ਦਾ ਸਟੇਟ ਦਾ ਅਤਵਾਦ ਆ ਜੀ ਸਟੇਟ ਦਾ ਡਰ ਇੱਕ ਰੈਡ ਟਰਰ ਆ ਲਾਲ ਟਰਰ ਉਹਨਾਂ ਦਾ ਲਾਲ ਟਰਰ ਹਸਟਾਲਾਂ ਤੋਂ ਲੈ ਕੇ ਉਹ ਬਹੁਤ ਖਤਰਨਾਕ ਆ ਜਦੋਂ ਲਾਲ ਟੈਰਰ ਦੇ ਵਿੱਚ ਜਿਹੜਾ ਪਕੇਰਾ ਕੌਮਿਸਟ ਵਿਚਾਰਤਰ ਦੇ ਬੰਦਾ ਆ ਗਿਆ ਉਹਨੂੰ ਛੱਡਣਾ ਬਹੁਤ ਨੂੰ ਡਰ ਪੁੰਦਾ ਵੀ ਯਾਰ ਜੇ ਮੈਂ ਛੱਡਿਆ ਤਾਂ ਮੈਨੂੰ ਬਦਨਾਮ ਬੜਾ ਕਰਨਗੇ ਇਹ ਕੌਮਿਸਟ ਇਹਦਾ ਲਾਲ ਡਰ ਵੀ ਮੈਂ ਇਹ ਪਾਸੇ ਜਾऊं ਤਾਂ ਮੈਨੂੰ ਇਹ ਬੜਾ ਨਿੰਦਣਗੇ ਮੈਨੂੰ ਬੜਾ ਭੰਡਣਗੇ ਮੈਨੂੰ ਬੜਾ ਹੋ ਡੀਲ ਕਰਨਗੇ ਉਹ ਕਈ ਵਾਰੀ ਲਾਲ ਟੈਰਰ ਦੇ ਵਿੱਚੋਂ ਬੰਦਾ ਚਲੇ ਜਾਂਦਾ ਤੁਸੀਂ ਲਾਲ ਟੈਰਰ ਦੀ ਜਿਹੜੀ ਗੱਲ ਕਰ ਰਹੇ ਹੋ 14ਵੇਂ ਲਾਲ ਟੈਰਰ ਹੁੰਦੇ ਵਿੱਚੋਂ ਸੱਚ ਨਹੀਂ ਬਿਆਨ ਸਕਦਾ ਬੰਦਾ ਉਹ ਤੇ ਜਮੀਰ ਮੰਦੀ ਹੁੰਦੀ ਆ ਮੈਨੂੰ ਲੱਗਦਾ ਵੀ ਗੁਰਸਰਨ ਸਿੰਘ ਦਾ ਮਾਮਲਾ ਜਿਹੜਾ ਬਹੁਤ ਆ ਜਸਵੰਤ ਸਿੰਘ ਕਮਲ ਕਹਿੰਦੇ ਸੀਗੇ ਵੀ ਕਮਿਊਨਿਸਟ ਤੇ ਸਿੱਖ ਵਿਚਾਰਧਾਰਾ ਇੱਕ ਦੂਜੇ ਦੇ ਪੂਰਕ ਨੇ ਹਾਂਜੀ ਤਾਂ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ ਵੀ ਉਹ ਲਾਲ ਟੈਰਰ ਕਮਿਊਨਿਸਟ ਵਿਚਾਰਸਤ ਲਾਲ ਟੈਰਰ ਨੂੰ ਕਮਲ ਨੇ ਤੋੜਿਆ ਜਿੰਨਾ ਇਹਨੂੰ ਨਿੰਦਾ ਗਿਆ ਜਿੰਨਾ ਗਾਲੀ ਗਲੋਚ ਕਮਲ ਦਾ ਕੀਤਾ ਤੁਸੀਂ ਲਿਖਤਾ ਪੜ੍ਹ ਕੋ ਪਤਾ ਮੇਰੀ ਆਊਗੀ ਜਿਹੜਾ ਲੰਡੂ ਕਿਸਮ ਦੇ ਬੰਦੇ ਆ ਉੱਥੇ ਕੈਨੇਡਾ ਅਮਰੀਕਾ ਚ ਬੈਠੇ ਜਿਹਨੂੰ ਕੱਖ ਬਣੀ ਸੀ ਪਤਾ ਉਹ ਵੀ ਵਿਦਵਾਨ ਬਣ ਗਏ ਸੀ ਕਮਲ ਨੂੰ ਕਰਨ ਦੇ ਖਤਰੇ ਤੇ ਜੀ ਇਨਕ ਪਾਵਲ ਬਣ ਗਿਆ ਇਹ ਤਾਂ ਫਿਰ ਕੂ ਬਣ ਗਿਆ ਜਿਹੜੀਆਂ ਤੁਸੀਂ ਗੱਲ ਪਹਿਲਾਂ ਕੀਤੀ ਆ ਸੁਰਖ ਰੇਖਾ ਪਰਚਾ ਨਿਕਲਦਾ ਸੀਗਾ ਸੁਰਖ ਰੇਖਾ ਦੇ ਵਿੱਚ ਅ ਸਰਜੀਤ ਸਿੰਘ ਭੱਟੀ ਹੁੰਦਾ ਸੀ ਉਹਦਾ ਆਹ ਡਾਕਟਰ ਸਰਜੀਤ ਸਿੰਘ ਭੱਟੀ ਨਹੀਂ ਜਿਹੜਾ ਪੰਜਾਬੀ ਯੂਨੀਅਟ ਚ ਲੋਕ ਪੁਲੇਖਾ ਕਰਦੇ ਨੇ ਇਹ ਕਾਹ ਮੈਂ ਅਸੇ ਉਧਰ ਸਰਜੀਤ ਸਿੰਘ ਭੱਟੀ ਕਪੂਰ ਥਰੇ ਦਾ ਉਹਨੇ ਇੱਕ ਕਾਲਮ ਸ਼ੁਰੂ ਕੀਤਾ ਲੜੀਵਾਰ ਹੂੰ ਭਿੰਡਰਾਂ ਵਾਲੇ ਦਾ ਤੌੜ ਦਾੜੀ ਆ ਪੁੱਤ ਜਸਵੰਤ ਸਿੰਘ ਕਮਲ ਦੇ ਕਾਲੇ ਕਾਰਨਾਮੇ ਆਪਾਂ ਉਹਦੀ ਗੱਲ ਕੀਤੀ ਹੈ ਜੀ ਹਾਂ ਪਰ ਕਮਲ ਨੇ ਕੋਈ ਪ੍ਰਭਾ ਨਹੀਂ ਕੀਤੀ ਜੀ ਇਹਦਾ ਮਤਲਬ ਇਹਨੇ ਰੈਡ ਟੈਰਰ ਜਿਹੜਾ ਲਾਲ ਟੈਰਰਿਸਟ ਜਿਹੜਾ ਲਾਲ ਖਤਰਾ ਸੀਗਾ ਲਾਲ ਤੰਕਵਾਦ ਆ ਲਾਲ ਤੰਕਵਾਦ ਦੀ ਪ੍ਰਭਾ ਨਹੀਂ ਕੀਤੀ ਤੇ ਗੁਰਸਰਨ ਸਿੰਘ ਮੈਨੂੰ ਲੱਗਦਾ ਮਾਨਸਿਕ ਤੌਰ ਤੇ ਉਹ ਰੈਡ ਟੈਰਰ ਦੇ ਪ੍ਰਭਾਵ ਥੱਲੇ ਆ ਗਿਆ ਹੂੰ ਉਹ ਰੈਡ ਟੈਰਰ ਤੋਂ ਮੁਕਤ ਨਹੀਂ ਹੋ ਸਕਿਆ ਦੂਜੀ ਗੱਲ ਕੋ ਹੋਰ ਸੀ ਜੀ ਜਿਹੜਾ ਸੁਸ਼ਮਨ ਸਿੰਘ ਕਮਲ ਆ ਇਹ ਸਬਦ ਸਾਧਕ ਸੀ ਇਹ ਆਪਣੇ ਕੋਲ ਲਿਖ ਕੇ ਕਹਿ ਸਕਦਾ ਸੀਗਾ ਕੱਲ ਮਸੀਹ ਦੇ ਕੋਲੇ ਹੂੰ ਗੁਰਸਰਨ ਸਿੰਘ ਸਟੇਜ ਦਾ ਮੁਤਾਜ਼ ਸੀ ਕੋ ਨਾਟਕ ਕਰਾ ਨਾਟਕਰੋਂ ਤਾਂਗਾ ਜੇ ਤੂੰ ਸਟੇਜ ਤੇ ਕੋਈ ਨਾਟਕ ਕਰਾਊਗਾ ਜੀ ਤੇਰਾ ਕੋਈ ਨਾਟਕ ਹੀ ਨਾ ਕਰੂ ਫਿਰ ਉਹ ਨਾਟਕ ਨੂੰ ਕਿੱਥੇ ਲਈ ਫਿਰੂਗਾ ਉਹੇ ਕਲਾ ਉਹਦੇ ਅੰਦਰ ਆ ਔਰ ਸਟੇਜ ਤੇ ਪ੍ਰਗਟ ਹੋਣੀ ਆ ਜੀ ਐ ਬਹਿਜੂ ਕੁਰਸੀ ਤੇ ਵੀ ਕਲਾ ਉਹਦੇ ਬਚ ਵੜ ਜਾਣੀ ਆ ਉਹ ਲਿਖ ਕੇ ਨਹੀਂ ਕਰ ਸਕਦਾ ਸੋ ਉਹ ਕਾਮਰ ਦਾ ਕਾਮਰ ਤੋਂ ਨਾਟਕ ਕਰਾਉਂਦੇ ਸੀਗੇ ਕਾਮਰ ਸਟੇਜ ਦਾ ਮੁਥਾਸ ਸੀ ਜੀ ਉਹਨੂੰ ਐਸੀ ਜਿਹੜੀ ਬੱਕਰੀ ਗੱਲ ਕਰੂੰਗਾ ਜੀ ਐ ਸਟੈਂਡ ਲੈ ਲੂੰ ਕਮਲ ਸਾਹਿਬ ਵਾਂਗੂ ਤਾਂ ਫਿਰ ਮੇਰਾ ਨਾਟਕਕਾਰ ਦੇ ਤੌਰ ਤੇ ਕੋਈ ਮੁੱਲ ਨਹੀਂ ਉਹਨੂੰ ਐ ਸੀ ਜੇ ਮੈਂ ਕੌੜੀ ਗੱਲ ਕਹਾਂ ਸਤ ਬੁਰੀ ਲੱਗੇ ਬੀ ਜੇ ਤਾਂ ਮੇਰੇ ਨਾਟਕ ਹੁੰਦੇ ਨੇ ਫਿਰ ਉਹ ਸੱਦ ਸੋਨਾ ਸੀ ਤਾਂ ਜੇ ਉਹਦਾ ਨਾਟਕ ਨਾ ਕੋਈ ਕਰਾਊਗਾ ਫਿਰ ਉਹ ਪਿੱਤਣ ਦੇ ਮੁੱਲ ਦਾ ਨਹੀਂ ਉਹਨਾਂ ਲਈ ਅੱਛਾ ਉਹਨਾਂ ਨੇ ਜਦੋਂ ਖਾਰਕੋਲੈਰ ਤੋਂ ਬਾਅਦ ਖੂਨ ਕੇ ਸੋਹੇਲੇ ਗਾਵੀਏ ਨਾਵ ਲਿਖਿਆ ਪਰ ਉਹਨਾਂ ਨੇ ਇੱਕ ਹੋਰ ਆਪਣੀ ਲਿਖਤ ਦੇ ਵਿੱਚ ਬਦਲਾਅ ਕੀਤਾ ਉਹਨਾਂ ਨੇ ਲੇਖ ਲਿਖਨੇ ਸ਼ੁਰੂ ਕੀਤੇ ਉਹਨਾਂ ਨੇ ਨਾਵਲਕਾਰੀ ਨਾਲੋਂ ਅਖਬਾਰਾਂ ਦੇ ਵਿੱਚ ਨਾਵਲਕਾਰੀ ਨਾਲੋਂ ਨੇ ਜਿਹੜਾ ਬਾਰਤ ਕਰਾ ਸੀਗਾ ਉਹ ਮੋਰ ਤਾਂ ਸੰਭਾਲ ਲਿਆ ਕਲਮ ਦਾ ਜੀ ਉਦੋਂ ਬਾਅਦ ਨੂੰ 182 ਤੋਂ ਬਾਅਦ ਉਹਨਾਂ ਨੇ ਨਾਵਲ ਵਾਲਾ ਜਿਹੜਾ ਪੱਕ ਸੀ ਉਹ ਨਾਵਲ ਬੜੇ ਹੋਰ ਥਰਮੇ ਦੀ ਮੰਗ ਕਰਦਾ ਜਿਹੜੀ ਲਿਖਤਾ ਲੇਖਕ ਉਹ ਸੀਗਾ ਐਡੀਟੇਸ਼ਨ ਲਿਖਤਾ ਕਹ ਲੋ ਉਹਨੂੰ ਐਡੀਟੇਸ਼ਨ ਸਹਿਤ ਕਹਿ ਸਕਦੇ ਆਪਾਂ ਉਹ ਫੌਰੀ ਆ ਵੀ ਅੱਜ ਲਿਖੀ ਕੱਲ ਨੂੰ ਸਪਣੀ ਚਾਹੀਦੀ ਆ ਤੁਰਤ ਪੈਰ ਲੋਕਾਂ ਕੋਲ ਜਾਣੀ ਚਾਹੀਦੀ ਆ ਨਾਵਲ ਕਹੇਗਾ ਵੀ ਪਬਲਿਸ਼ਰ ਨੂੰ ਛਾਪੂਗਾ ਸਾਲ ਦੋ ਸਾਲ ਲੱਗਣਗੇ ਲੋਕਾਂ ਤੱਕ ਉਹ ਅਖਬਾਰਾਂ ਦੇ ਵਿੱਚ ਜਿਹੜੀ ਲਿਖਤਾ ਉਦੋਂ ਬਾਅਦ ਉਹ ਜਿਹੜਾ ਨਾਵਲਕਾਰੀ ਵਾਲਾ ਪਾਸਾ ਹੈਗਾ ਜੀ ਉਹ ਕਮਲ ਸਾਹਿਬ ਨੇ ਪਾਸੇ ਰੱਖਤਾ ਫਿਰ ਐਜ ਇੱਕ ਬਾਰਤਕ ਤੌਰ ਤੇ ਜਾ ਐਜ ਐਕਟਿਵਿਸਟ ਵਾਲਾ ਰੋਲ ਦਾ ਸਾਹਮਣੇ ਆਉਂਦਾ ਜਿਹੜੀ ਕਿ ਕਾਫੀ ਮਕਬੂਲ ਵੀ ਹੋਇਆ ਹੋਇਆ ਮਕਬੂਲੀਅਤ ਹੋਇਆ ਇਹਨਾਂ ਨੇ ਇਸੇ ਲਖਣੀ ਦੇ ਵਿੱਚੋਂ ਇੱਕ ਰਜੀਵ ਗਾਂਧੀ ਨੂੰ ਚਿੱਠੀ ਲਿਖੀ ਹਾਂਜੀ ਜਿਹਨੂੰ ਪਹਿਲਾਂ ਉਹਨਾਂ ਨੇ ਦੂਜਾ ਜ਼ਫਰਨਾਮਾ ਨਾਮ ਦਿੱਤਾ ਫਿਰ ਕਿਸੇ ਵਿਰੋਧ ਵਜੋਂ ਉਹਨਾਂ ਨੇ ਜਿੱਤਨਾਮਾ ਦਿੱਤਾ ਹਾਉਨੇ ਆਪਣੇ ਲੱਖਾਂ ਦੀ ਗਣਤੀ ਛਪੀਆਂ ਜੀ ਤੁਸੀਂ ਹਰਾਨ ਹੋਵੋਗੇ ਲੱਖਾਂ ਦੀ ਗਣਤੀ ਤੇ ਉਹ ਸਭ ਤੋਂ ਪਹਿਲੀ ਜ਼ੁਰਤ ਸੀ ਪੰਜਾਬੀ ਦੇ ਲੇਖਕ ਵੱਲੋਂ ਮੈਂ ਦੇਖਿਆ ਹਮ ਬਈ ਕਿਸੇ ਪ੍ਰਧਾਨ ਮੰਤਰੀ ਨੂੰ ਲਲਕਾਰਨਾ ਜੀ ਅੱਖਾਂ ਤੱਕਾਂ ਪਾ ਕੇ ਉਹਨੂੰ ਕਾਤਲ ਕਹਿਣਾ ਹਮ ਇਹ ਬਹੁਤ ਵੱਡੀ ਗੱਲ ਸੀ ਇਹ ਅਗਰ ਸਾਲ ਮਰਨ ਵਾਲੀ ਗੱਲ ਸੀ ਜੀ ਕਮਲ ਸਾਹਾ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਦਾ ਸੀ ਇਹਨੂੰ ਫੜ ਕੇ ਪਰ ਇਹਦੀ ਇੰਟਰਨੈਸ਼ਨਲ ਪੱਧਰ ਤੇ ਮਾਂ ਤਾਂ ਇੰਨੀ ਵੱਡੀ ਸੀ ਵੀ ਸਟੇਟ ਚਾਹੁੰਦਾ ਹੋਇਆ ਵੀ ਜੀ ਇਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਜਿਵੇਂ ਤਾਲਸਤੇ ਦੇ ਖਿਲਾਫ ਸੀ ਸਟੇਟ ਕੋ ਤਾਲਸ ਦਾ ਮੈਂਬਰ ਡਾ ਬੜਾ ਹੀ ਤਾਲਸਤੇ ਉਹ ਫੜ ਨਹੀਂ ਸਕੀ ਉਹ ਮੰਜ ਮੈਂ ਕਮਲ ਤੋਂ ਡਰਦੀ ਰਹੇ ਵੀ ਰੌਲਾ ਪੈਜੂ ਹੂੰ ਇਹਨੇ ਕੱਲਾ ਇਹ ਨਹੀਂ ਇਹਨੇ ਦਰਜਣ ਦੇ ਕਰੀਬ ਉਦੋਂ ਬਾਅਦ ਇਹ ਕਿਤਾਬਾਂ ਛਪੀਆਂ ਜੀ ਜਿੱਤ ਨਾਮੇ ਤੋਂ ਬਾਅਦ ਸਿੱਖ ਚੋਦੋ ਜੋਹਰ ਕੌਮੀ ਵਸੇਤਾ ਆਪਣਾ ਕੌਮੀ ਕਰ ਪੰਜਾਬੀ ਉਹ ਜੀਣਾ ਹੈ ਕਿ ਮਰਨਾ ਪੰਜਾਬ ਤੇਰਾ ਕੀ ਬਣੂ ਜੀ अनेका ਨੇ ਪਾਰਾਤਨਾ ਕਿਤਾਬਾਂ ਨੇ ਜਿਹੜੀਆਂ ਕਿ ਪੰਜਾਬ ਦੇ ਦਰਦ ਤੋਂ ਨਿਕਲੀਆਂ ਹੋਈਆਂ ਨੇ ਪੰਜਾਬ ਦਾ ਸਿੱਖਾਂ ਦਾ ਦਰਦ ਹੋ ਚਾ ਜੀ ਆਪਣਾ ਕੌਮੀ ਕਰ ਕਿਤਾਬ ਆ ਕੌਮੀ ਪ੍ਰਸਿੱਧ ਵਰਗ ਦੀਆਂ ਕਿਤਾਬਾਂ ਨੇ ਜਿਹੜੀਆਂ ਕਿਤਾਬਾਂ ਨੇ ਹੁਣ ਮੇਰੇ ਸਾਰਿਆਂ ਦੇ ਨਾਂ ਨਹੀਂ ਯਾਦ ਹੋਣ ਜਸਵੰਤ ਸਿੰਘ ਕਮਲਬਾਰੇ ਕਰੋੜ ਚੱਲਿਆ ਪੰਜਾਬ ਜੀ ਜਸਵੰਤ ਸਿੰਘ ਕਮਲਬਾਰੇ ਇੱਕ ਜੇ ਗੱਲ ਆਪਾਂ ਕਰੀਏ ਵੀ ਉਹ ਟੁੜੀਕੇ ਪਿੰਡ ਦੇ ਸੀ ਜਿੱਥੇ ਲਾਲਾ ਲਾਜਪਤਰਾਏ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਲਾਲਾ ਲਾਜਪਤਰਾਏ ਦੇ ਨਾਂ ਉੱਤੇ ਉਹਨਾਂ ਨੇ ਕਈ ਸਕੂਲ ਕਈ ਕਾਲਜ ਉਹਨਾਂ ਨੇ ਸ਼ੁਰੂ ਕੀਤੇ ਹਾਂਜੀ ਉਹ ਕੀ ਲਾਲਾ ਲਾਜਪਤਰਾਏ ਉਹਨਾਂ ਦਾ ਇੱਕ ਪ੍ਰੇਰਨਾ ਸਰੋਤ ਸੀਗੇ ਨਹੀਂ ਪ੍ਰੇਰਨਾ ਸਰੋਤ ਬਿਲਕੁਲ ਨਹੀਂ ਸੀ ਉਹਨਾਂ ਨੇ ਆਪਣੇ ਹੋਰ ਲਿਖਤਾਂ 'ਚ ਵੀ ਜੋ ਮੈਂ ਲਾਲਾ ਲਾਜਪਤਰਾਏ ਇੱਕ ਵੱਡਾ ਲੇਖ ਲਿਖਿਆ ਸੀ ਜੀ ਉਹਦੇ ਵਿੱਚ ਉਹਨੇ ਕਿਹਾ ਸੀ ਵੀ ਮੈਂ ਲਾਲੇ ਨੂੰ ਨਫ਼ਰਤ ਕਰਦਾ ਆਪਣੀ ਬਾਤ ਸਿੰਘ ਕਮਲ ਕਹਿੰਦਾ ਹਾਂਜੀ ਜ਼ੁਰਮ ਦੀ ਬਾਤ ਆਈ ਹੈ ਜੀ ਪੁੰਨੇ ਦਾ ਚਰਨ ਸਵਾਜੀ ਵੀ ਉਹ ਚ ਵੀ ਲਿਖਿਆ ਮੈਂ ਲਾਲੇ ਨੂੰ ਨਫ਼ਰਤ ਕਰਦਾ ਜੀ ਇਹ ਜਦੋਂ ਸੂਚ ਸਰਪੰਚ ਬਣੇ ਉਹ ਹੂੰ ਲੋਕਾਂ ਦਾ ਅਮਰ ਜਾਣ ਸੀ ਦੇਸ਼ ਨਵਾਂ ਆਜ਼ਾਦ ਹੋਇਆ ਸੀਗਾ ਤਾਂ ਸਰਪੰਚ ਹੋਣ ਕਰਕੇ ਜੀ ਜਿਹੜੇ ਆਛੇ ਪੈਕਾ ਉੱਥੇ ਹਿੰਦੂਆਂ ਦੀ ਵੱਡੀ ਗਿਣਤੀ ਸੀ ਲੋਗਾਂ ਦੇ ਆਰਗਾ ਸਮਾਜੀਆਂ ਦੀ ਵੱਡੀ ਗਿਣਤੀ ਸੀ ਅਦੇ ਲਾਲੇ ਬਾਰੇ ਕੋਈ ਬਹੁਤਾ ਸਾਹਮਣੇ ਨਹੀਂ ਸੀ ਆਇਆ ਮਿਲਾਲਾ ਮਾਫੀਆਂ ਮੰਗ ਕੇ ਆਇਆ ਬਾਹਰ ਉਹ ਵੱਧ ਦਸਤਾ ਵੇਜਾਉਂਦੇ ਨਹੀਂ ਜੋ ਪੰਜਾ ਮੱਚ ਨਹੀਂ ਸੀ ਆਇਆ ਮਿਲਾਲੇ ਦੀ ਮੌਤ ਡਾਂਗਾ ਨਾਲ ਨਹੀਂ ਹੋਈ ਇਹ ਕਮਲ ਸਾਹਿਬ ਨੂੰ ਪਤਾ ਸੀ ਨੇ ਲਿਖਿਆਗਾ ਜੀ ਸਵੈ ਜੀਵਨੀ ਚ ਉਹ ਕਈ ਵਾਰੀ ਬੰਦਾ ਪ੍ਰਭਾਵ ਥੱਲੇ ਹੁੰਦਾ ਵੀ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਿੰਡ ਚ ਦੁਸ਼ਮਣੀ ਖਤਮ ਹੋਣੀ ਚਾਹੀਦੀ ਆ ਸਰਕਾਰ ਲਾਲੇ ਦੇ ਨਾਂ ਤੇ ਗਰੰਟੀ ਦਿੰਦੀ ਹੂੰ ਜਿਸ ਕਰਕੇ ਕਮਲ ਸਾਹਿਬ ਅਖੀਰ ਤੱਕ ਉਪਸਤਾਵਾ ਕਰਦੇ ਰਹੇ ਨੇ ਵੀ ਮੇਰਾ ਉਹ ਜਿੰਦਗੀ ਦਾ ਜਿਹੜਾ ਹੈਗਾ ਅ ਗਲਤ ਤਰੀਕਾ ਨਹੀਂ ਕਹਿ ਸਕਦੇ ਵੀ ਯਾਰ ਮੈਂ ਉੱਥੇ ਮਜਬੂਰੀ ਚ ਜੀ ਵੀ ਲਾਲ ਦੇ ਨਾਤੇ ਲਾਲੇ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਰਿਹਾ ਗੁਰਮukh ਸਿੰਘ ਲਾਲ ਤੋਂ ਜੀ ਕੋਈ ਨਹੀਂ ਕਰਦਾ ਬਾਬਾ ਗੁਰਮukh ਲਾਲ ਤੋਂ ਲੜਦਾ ਪਾਉਂਦੇ ਰਹੇ ਮਲੇਨ ਲਿਖਿਆ ਵੀ ਤੂੰ ਲਾਲੇ ਨੂੰ ਪ੍ਰਮੋਟ ਕਰ ਰਹੇ ਆ ਇਹਨੇ ਕਿਸੇ ਵੀ ਪਿੰਡ ਦੇ ਸਾਂਝੇ ਵਿਕਾਸ ਲਈ ਅਸੀਂ ਲਾਲ ਦਾ ਨਾਮ ਵਰਤ ਰਹੇ ਆ ਤਾਂ ਕਿ ਪਿੰਡ ਨੂੰ ਕਾਲਜ ਮਿਲੇ ਪਿੰਡ ਨੂੰ ਸਹੂਲਤਾਂ ਨੂੰ ਪਿੰਡ ਪਸੜੇ ਹੋਇਆ ਬਹੁਤ ਸੀ ਇਦਾਂ ਓਕੇ ਹਰਪ੍ਰੇਤੂ ਲਾਲ ਚ ਹੁੰਦਾ ਤੇ ਕੱਲਾ ਕਬਰ ਨਾ ਵੀ ਕਰਦਾ ਜੇ ਤੁਹਾਡਾ ਮੰਨ ਹੈ ਕਿ ਜਸਵੰਤ ਸਿੰਘ ਕਮਲ ਉਹਨਾਂ ਦਾ ਕਹਿਣਾ ਸੀਗਾ ਹਾਂ ਜੇ ਕਮਲ ਨਾ ਵੀ ਮੂਰੇ ਲੱਗਦਾ ਲਾਲੇ ਲਈ ਜਸਵੰਤ ਸਿੰਘ ਕਮਲ ਲਾਲਾ ਲਾਲਾ ਤੇ رائے ਬਾਰੇ ਸੋਚਦੇ ਸੀ ਜਾਂ ਤੁਸੀਂ ਸੋਚਦੇ ਹੋ ਮੈਂ ਇਹ ਕਲੀਅਰ ਕਰ ਕਮਲ ਸਾਹਿਬ ਸੋਚਦੇ ਆ ਜੀ ਕਮਲ ਸਾਹਿਬ ਨੇ ਮੇਰੇ ਜਿਹੜਾ ਲੇਖ ਉਹ ਚ ਵੀ ਲਿਖਿਆ ਜਿਹੜੀ ਆਪਣੀ ਆਟੋ ਬਾਇਓਗ੍ਰਾਫੀ ਆ ਪੁਨਿਆ ਦਾ ਚਾਨਣ ਉਹ ਚ ਮੈਂ ਕਹਿੰਦਾ ਲਿਖਿਆ ਸਾਰਾ ਵੀ ਮੈਂ ਲਾਲਾ ਨੂੰ ਨਫ਼ਰਤ ਕਰਦਾ ਪੂਰਾ ਚੈਪਟਰ ਆ ਜੀ ਪਰ ਸਾਰਾ ਕੁਝ ਲਿਖਿਆ ਮੈਨੂੰ ਕਿਹੜੀ ਮਜਬੂਰੀ ਚ ਲਾਲੇ ਨੂੰ ਮੂਹਰੇ ਲਾਉਣਾ ਪਿਆ ਮੰਨ ਲਓ ਜੇ ਕਮਲ ਸਾਹਿਬ ਰੋਧ ਕਰ ਜਾਂਦੇ ਉੱਥੇ ਪਿੰਡ ਦਾ ਵੀ ਮੈਂ ਨਹੀਂ ਕਰਨਾ ਜੀ ਤਾਂਵੇਂ ਪਿੰਡ ਵਾਲਿਆਂ ਨੇ ਲਾਲੇ ਨੂੰ ਮੂਹਰੇ ਲਾ ਲੈਣਾ ਸੀ ਲਾਲੇ ਨੂੰ ਰੋਕਿਆ ਨਹੀਂ ਜਾ ਸਕਦਾ ਪਿੰਡ ਦਾ ਸਹਿਮਤੀ ਵੀ ਲਾਲੇ ਦਾ ਹੀ ਅਜੀਬ ਉੱਥੇ ਸੋਸਾਇਟੀ ਬਣੀ ਵੀ ਆ ਕਮਲ ਸਾਹਿਬ ਦੇ ਜਰਨਜੀਤ ਸਿੰਘ ਦਾ ਨੌਂਦਾ ਹੋਆ ਮੇਰਾ ਭਾਜੀ ਅਖੀਲਾ ਸਵਾਲ ਹੈ ਤੁਹਾਨੂੰ ਵੀ ਦਿੱਲੀ ਦਰਬਾਰ ਦੇ ਵਿੱਚ ਪੰਜਾਬੀ ਸਾਹਿਦ ਦੇ ਕਈ ਨਾਮ ਵਰ ਲਿਖੇ ਕੁ ਉਹਨਾਂ ਨੂੰ ਖਿਤਾਬ ਮਿਲੇ ਨੇ ਉਹਨਾਂ ਨੂੰ ਇਨਾਮ ਮਿਲੇ ਨੇ ਹਾਂਜੀ ਜਸਵੰਤ ਸਿੰਘ ਕਮਲ ਨਾਲ ਉਵੇਂ ਕਿਉਂ ਨਹੀਂ ਹੋਇਆ ਦੇਖੋ ਇਹ ਤਾਂ ਸਪਸ਼ਟ ਆ ਵੀ ਉੱਥੇ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਸ਼ੋ ਕਾਲਟ ਕੌਮਨਿਸਟ ਆ ਜਾਂ ਕੇਂਦਰੀ ਪੰਜਾਬੀ ਲੇਖਕ ਸਮਾਜ ਨਾਲ ਜੁੜੇ ਹੋਏ ਆ ਉਹ ਸਟੇਟ ਦੀ ਬੋਲੀ ਬੋਲਦੇ ਨੇ ਦੇਸ਼ ਦੀ ਏਕਤਾ ਖੰਡਤਾ ਦੀ ਗੱਲ ਕਰਦੇ ਨੇ ਜੀ ਐਵੇਂ ਫੋਕੀ ਜਿਹੇ ਕਲਾਬ ਦੀ ਗੱਲ ਕਰਦੇ ਆ ਮੂਰਤਨ ਕਿਸਮ ਦੇ ਇਨਕਲਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਿੱਲੀ ਦਰਬਾਰ ਨੇ ਸਟੇਟ ਨੇ ਨਵਾਜ ਨਹੀਂ ਨਵਾਜਣਾ ਜੀ ਜਦੋਂ ਹੁਣ ਇੰਨਾ ਨੰਗੇ ਧੜ ਸਟੇਟ ਦੇ ਖਿਲਾਫ ਖੜਾ ਝੂਠੇ ਪੁਲਿਸ ਮੁਕਾਬਲੇ ਦੇ ਵਿਰੁੱਧ ਖੜਾ ਦਰਬਾਰ ਸਾਹਿਬ ਤੇ ਹਮਲਾ ਕੀ ਤੋਰੇ ਵਿਰੁੱਧ ਖੜਾ ਇਹਨੂੰ ਦਿੱਲੀ ਦਰਬਾਰ ਕਿਉਂ ਹੋ ਕਰੂਗੀ ਕੋਸ਼ਿਸ਼ ਕੀਤੀ ਨੂੰ ਉਲੋਚਨ ਦੀ ਤੁਸੀਂ ਇਹ ਕਾਰਨ ਮੰਨਦੇ ਹੋ ਵੀ ਪੰਜਾਬ ਦੇ ਨਾਲ ਖੜਨ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਿਆ ਖਾਮਿਆਜ਼ਾ ਨਹੀਂ ਮੈਂ ਕਹਿੰਦਾ ਉਹ ਬਹੁਤ ਤਾਹੀ ਪੰਜਾਬ ਦੀ ਪੱਗ ਕੋ ਉਹਨੂੰ ਮੈਂ ਕਿਹਾ ਮੇਰੇ ਕਿਸੇ ਨਾਮ ਸਨਮਾਨ ਦੀ ਝਾਕ ਨਹੀਂ ਰੱਖੀ ਸਤ ਨੂੰ ਸੱਚ ਕਿਹਾ ਸਟੇਟ ਨੂੰ ਨੰਗੇ ਤੜਲੇ ਲਲਕਾਰਿਆ ਬਾਕੀ ਸਾਥੀ ਪੈਕ ਲਲਕਾਰ ਨਾਲ ਨਹੀਂ ਖੜੇ ਬਾਕੀ ਪੰਜਾਬੀ ਲੇਖ ਨਹੀਂ ਖੜ ਸਕੇ ਜੀ ਉਹ ਉਹਨੇ ਹਾਰ ਮੰਨ ਲਈ ਸਟੇਟ ਨਾਲ ਮਿਲ ਕੇ ਚੱਲੇ ਨੇ ਜੀ ਬੜੀ ਬਦਕਾਰ ਭੂਮਿਕਾ ਨਭਾਈ ਉਹ ਕਿਸੇ ਹੋਰ ਸਮੇਂ ਤੇ ਆਪਾਂ ਗੱਲ ਕਰਾਂਗੇ ਵੀ ਲੇਖ ਕਰਨ ਕਿਵੇਂ ਤੁਸੀਂ ਜਸਵੰਤ ਸਿੰਘ ਕਮਲ ਉਹਨਾਂ ਨੂੰ ਮਿਲਦੇ ਰਹੇ ਹੋ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਹੋ ਉਹ ਕਿਵੇਂ ਚਾਹੁੰਦੇ ਸੀ ਵੀ ਪੰਜਾਬ ਦਾ ਆਉਣ ਵਾਲਾ ਭਵਿੱਖ ਕਿਦਾਂ ਦਾ ਹੋਵੇ ਉਹ ਪੰਜਾਬ ਪਰ ਹੁਣ ਬੜੇ ਫਿਕਰਮੰਦ ਸੀ ਇੰਨੇ ਫਿਕਰਮੰਦ ਪੰਜਾਬੀ ਦਾ ਕੋਈ ਹੋਰ ਲੇਖਕ ਹੈ ਹੀ ਨਹੀਂ ਜਿੰਨੇ ਸੈਂਸਿਟਿਵ ਪੰਜਾਬ ਬਾਰੇ ਸੀ ਬਾਰ ਬਾਰ ਤੁਸੀਂ ਮਿਲਣ ਜਾਓ ਕਹਿੰਦੇ ਸੀ ਪੰਜਾਬ ਦਾ ਕੀ ਬਣੂ ਖੂਨ ਦੇ ਹੰਝੂ ਰੋਂਦੇ ਸੀ ਬਾਰ ਬਾਰ ਆਪਸ ਵਿੱਚ ਗੱਲਾਂ ਕਰਦੇ ਸੀ ਉਹਨੂੰ ਪੰਜਾਬ ਦਾ ਭਵਿੱਖ ਕਾਲਾ ਨਜ਼ਰ ਆਉਂਦਾ ਸੀ ਜਿਹੜੀ ਕੱਲ ਉਹ ਪੰਗਿਆਂ ਬਾਰੇ ਪਹਿਲਾਂ ਕਹੀ ਸੀ 30 40 ਸਾਲ ਪਹਿਲਾਂ ਕਹਾਂ ਸੀ ਪਈ ਆ ਰਹੇ ਨੇ ਪੰਜਾਬ ਚ ਅੱਜ ਪਈਆਂ ਦਾ ਮੁਕੰਮਲ ਕਬਜ਼ਾ ਅਤੇ ਜੁਨੀਅਰ ਬਸਤੇ ਸਮਾਜ ਵਿਗਿਆਨ ਦੇ ਮੰਨੀਆਂ ਜਾਂਦੇ ਲੋਕ ਕਾਮੈਂਟ ਵੀ ਮੰਨਣ ਲੱਗ ਗਏ ਆਮ ਲੋਕ ਵੀ ਮੰਨਣ ਲੱਗ ਗਏ ਹਾਂ ਭਈਆਂ ਦਾ ਪੰਜਾਬ ਤੇ ਕਬਜ਼ਾ ਹੋ ਗਿਆ ਉਹਨੂੰ ਪਤਾ ਸੀ ਵੀ ਜੇ ਸਿੱਖ ਘੱਟ ਗਣ ਤੇ ਜਿਹੜੇਗੇ ਫਿਰ ਪ੍ਰਵਾਸ ਵਾਲੀ ਗੱਲ ਸੀ ਵੀ ਪੰਜਾਬ ਪ੍ਰਤੀਕ ਕੇਂਦਰ ਦੀ ਵਸਤੀ ਆ ਬਾਦਲ ਦੇ ਖਿਲਾਫ ਲੜੇ ਨੇ ਬਾਦਲ ਦੇ ਖਿਲਾਫ ਬੋਲੇ ਨੇ ਵੀ ਜੋ ਪੰਜਾਬ ਨੂੰ ਕਾਂਗਰਸ ਦਾ ਕਾਲੀ ਬਰਬਾਦ ਕਰਦੇ ਸੀ ਖਾਖਰੀ ਸਮੇਂ ਤੱਕ ਇਹਦੇ ਡਟ ਕੇ ਖਿਲਾਫ ਬੋਲਣ ਵੀ ਜੀ ਬਾਦਲ ਨੂੰ ਖੁੱਲੇ ਖਤ ਵੀ ਉਹਨੇ ਲਿਖੇ ਇਹ ਤਾਂ ਪੰਜਾਬ ਨੂੰ ਬਰਬਾਦ ਕਰ ਰਹੇ ਆ ਉਹਦੀ ਰੂਹ ਬਹੁਤ ਦੁਖੀ ਹੋ ਕੇ ਇਸ ਸੰਸਾਰ ਤੋਂ ਮਤਲਬ ਆਪਾਂ ਕਹਿੰਨਾ ਗਏ ਆ ਕਮਲ ਸਾਹਿਬ ਪੰਜਾਬ ਬਾਰੇ ਬਹੁਤ ਫਿਕਰਮੰਦੀ ਚ ਗਏ ਨਹੀਂ ਹੋ ਆਖਰੀ ਉਮਰ ਤੱਕ ਉਹਦੇ ਕੋਲ ਸਪੇਸ਼ ਦਿਮਾਗ ਦੀ ਪੰਜਾਬ ਦੇ ਫਿਕਰ ਨੇ ਮੱਲੀ ਹੋਈ ਸੀ ਜੀ ਇੱਕੋ ਪੰਜਾਬੀ ਦਾ ਲੇਖਕ ਆ ਮੈਂ ਕਹਿੰਦਾ ਭਾਜੀ ਤੁਸੀਂ ਸਾਡੇ ਸਟੂਡੀਓ ਚ ਇਹ ਜਸਵੰਤ ਸਿੰਘ ਕਮਲ ਬਾਰੇ ਸਾਡੇ ਨਾਲ ਕਈ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਤਨਵਾਦ ਜੀ ਜਿਨ੍ਹਾਂ ਨੇ ਮੈਨੂੰ ਕਮਲ ਸਾਹਿਬ ਬਾਰੇ ਇਹਨੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ ਜੀ ਸੋ ਇਸੇਗੇ ਰਾਜਵਿੰਦਰ ਸਿੰਘ ਰਾਹੀ ਜੀ ਜਿਨ੍ਹਾਂ ਨੇ ਜਸਵੰਤ ਸਿੰਘ ਕਮਲਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਸਵੰਤ ਸਿੰਘ ਕਮਲ ਜਿਨ੍ਹਾਂ ਨੇ ਕਈ ਨਾਵਲ ਕਈ ਲਿਖਤਾਂ ਪੰਜਾਬ ਦੀ ਝੋਲੀ ਪਾਈਆਂ ਨੇ ਜਿਹੜੀਆਂ ਕਿ ਪੰਜਾਬ ਦੇ ਦਰਦ ਨੂੰ ਪੰਜਾਬ ਨੂੰ ਰੂਪਮਾਨ ਕਰਦੀਆਂ ਨੇ ਇਸ ਆਸ ਦੇ ਵਿੱਚ ਕਿ ਪੰਜਾਬ ਦਾ ਇੱਕ ਚੰਗਾ ਭਵਿੱਖ ਹੋਵੇ ਉਹ ਇੱਕ ਸੰਸਾਰ ਤੋਂ ਰੁਕਸਤ ਹੋ ਗਏ ਨੇ ਤੇ ਸਾਨੂੰ ਲੋੜ ਹੈ ਵੀ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਵੀ ਪੜੀਏ ਤੇ ਉਹਨਾਂ ਨੂੰ ਸਮਝੀਏ ਵੀ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿਖਰ ਸੰਵਾਦ ਤੇ ਦੇਖਦੇ ਰਹੋ ਚੈਨਲ ਪੰਜਾਬੀ